ਅਸਲਾਮੁਅਲੈਕਮ ਜੀ ਐਨਪੀਆਰ ਪੂਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸ ਸ਼ਾਹਿਦ ਜਬੀਰ ਬਾਬਾ ਜੀ ਔਰ ਤੁਸੀਂ ਦਿਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਵੈਬ ਟੀਵੀ ਸਾਡੇ ਵਾਲਾ ਖੋਰੇ ਸਾਹ 47 ਦੇ ਔਰ ਖਾਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਆਪਾਂ ਅੱਜ ਖੋਰੇ ਸਾਹ 47 ਦੇ ਔਰ ਵਿਛੋੜੇ ਨੂੰ ਲੈ ਕੇ ਪਹੁੰਚੇ ਹਾਂ ਚੱਕ 42 ਸਿੱਖਾਂ ਵਾਲੀ ਮੰਗਟਾਂ ਵਾਲੀ ਦੋ ਤਿੰਨ ਆਮਨੇ ਦੇ ਇਹਨੂੰ ਕਿਹਾ ਜਾਂਦਾ ਚੱਕ 42 ਜਨੂਬੀ ਠੀਕ ਹੈ ਜੀ ਚੱਕ 42 ਸਾਊਥ ਫਿਰ ਉਸ ਤੋਂ ਬਾਅਦ ਚੱਕ 42 ਸਿੱਖਾਂ ਵਾਲੀ ਔਰ ਸਿੱਖਾਂ ਵਾਲੀ ਨੂੰ ਇਸ ਲਈ ਕਿਹਾ ਜਾਂਦਾ ਕਿ ਇੱਥੇ ਜਿਹੜੀ ਮੋਟੀ ਜਿਹੜੀ ਜ਼ਮੀਨ ਸੀਗੀ ਔਰ ਓਨਰਸ਼ਿਪ ਜਿਹੜੀ ਸੀ ਜ਼ਿਆਦਾ ਉਹ ਸੀਗੀ ਇੱਥੇ ਸਰਦਾਰਾਂ ਕੋਲ ਤੇ ਸੋ ਵੱਡੀਆਂ ਜਿਹੜੀਆਂ ਲੈਂਡ ਸੀਗੀਆਂ ਉਹ ਸਰਦਾਰਾਂ ਦੀਆਂ ਸੀ ਸਨ ਤੇ ਆਪਣੇ ਜਿਹੜੇ ਵੀਰ ਨੇ ਯੂ ਐਸ ਏ ਤੋਂ ਆਏ ਹੋਏ ਸੈਂਡਿਏਗੋ ਤੋਂ ਵੀਰ ਅਰਵਿੰਦਰ ਸਿੰਘ ਮਲਹੋਤਰਾ ਜੀ ਔਰ ਉਹਨਾਂ ਦੇ ਨਾਨਾ ਜੀ ਦੀਆਂ ਬਹੁਤ ਜ਼ਿਆਦਾ ਸਾਰੀਆਂ ਯਾਦਾਂ ਜਿਹੜੀਆਂ ਨੇ ਉਹ ਚੱਕ 42 ਮੰਗਟਾਂ ਵਾਲੀ ਦੇ ਨਾਲ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਤੇ ਆਪਾਂ ਇਸ ਵੇਲੇ ਚੱਕ 42 ਦੇ ਵਿੱਚ ਬੈਠੇ ਹੋਏ ਆ ਔਰ ਜਿਹੜੇ ਲੋਕ ਈਸਟ ਪੰਜਾਬ ਤੋਂ ਮਾਈਗ੍ਰੇਟ ਕਰਕੇ ਇੱਧਰ ਨੂੰ ਆਏ ਨੇ ਅਸੀਂ ਉਹਨਾਂ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ ਔਰ ਉਹਨਾਂ ਦੇ ਪੁਰਖਾਂ ਬਾਰੇ ਵੀ ਗੱਲ ਕਰਾਂਗੇ ਕਿ ਆਇਆ 75 ਵਰਿਆਂ ਬਾਅਦ ਪਾਕਿਸਤਾਨ ਦੇ ਵਿੱਚ ਆ ਕੇ ਆਪਣੀ ਨਾਨਕਾ ਘਰ ਦੇ ਵਿੱਚ ਉਹਨਾਂ ਨੂੰ ਕਿਦਾਂ ਦਾ ਲੱਗ ਰਿਹਾ ਹੈ ਔਰ ਆਪਾਂ ਪਹਿਲੀ ਵੀ ਗੱਲ ਕੀਤੀ ਹੈ ਤੇ ਹੁਣ ਹੋਰ ਲੋਕਾਂ ਨਾਲ ਗੱਲ ਕਰਨੇ ਜਿਹੜੇ ਕਿ 47 ਤੋਂ ਇੱਥੇ ਮੌਜੂਦ ਹਨ ਔਰ ਉਹਨਾਂ ਦਾ ਇੱਥੇ ਕੀ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਇੱਥੇ ਕੀ ਕੀ ਦੇਖਿਆ ਕਿਉਂਕਿ ਜਿਹੜੇ ਲੋਕ ਫਰੈਸ਼ਲੀ ਮਾਈਗ੍ਰੇਟ ਹੋ ਕੇ ਆਉਂਦੇ ਨੇ ਉਹਨਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਹੈ ਕਿ ਭਈ ਇੱਥੇ ਇਲਾਕੇ ਦੇ ਵਿੱਚ ਕੀ ਕੀ ਚੱਲ ਰਿਹਾ ਸੀ ਤਦ ਸੋ ਮੈਂ ਕਵਾਂਗਾ ਕਿ ਬਹੁਤ ਅਸੀਂ ਅੱਜ ਵੜਪਾ ਗਏ ਆ ਜਿਹੜੇ ਕਿ ਭਾਈ ਸਾਹਿਬ ਦੇ ਨਾਲ ਇੱਥੇ ਪਹੁੰਚੇ ਆ ਔਰ ਇੱਥੇ ਬੈਠ ਕੇ ਅਸੀਂ ਗੱਲ ਕਰਾਂਗੇ ਅਨ ਡਿਵਾਈਡਿਡ ਪੰਜਾਬ ਦੀ ਸਾਂਝੇ ਪੰਜਾਬ ਦੀ ਸਾਂਝੀ ਵਿਲਤਾ ਦਾ ਸਾਂਝਾ ਕਲਚਰ ਸਾਂਝਾ ਹੈਰੀਟੇਜ ਅ ਵੀਰ ਜੀ ਜੀਆਂ ਨੂੰ ਤੁਹਾਡੀ ਆਪਣੀ ਧਰਤੀ ਦੇ ਉੱਤੇ ਔਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਮੈਂ ਜੇ ਦੱਸ ਰਿਹਾ ਸੀ ਜੀ ਹੁਣੇ ਅਸੀਂ ਹੋ ਕੇ ਆਏ ਆ ਉੱਥੇ ਸਿੱਖਾਂ ਵਾਲੀ ਗਲੀ ਜਿਹੜੀ ਉੱਥੇ ਪਰਲੇ ਪਾਸੇ ਸੀਗੀ ਤੇ ਬੜਾ ਹੀ ਪਿਆਰ ਦਿਖਾਇਆ ਸਾਰੇ ਪਿੰਡ ਨੇ ਯੂ نو ਮੇਲਾ ਲੱਗਿਆ ਸੀ ਜਿਵੇਂ ਇਹ ਨਾ ਤੇ ਬਹੁਤ ਦਿਲ ਖੁਸ਼ ਹੋਇਆ ਸਾਰਿਆਂ ਨੂੰ ਮਿਲ ਕੇ ਸਾਰਿਆਂ ਨੂੰ ਦੇਖ ਕੇ ਕਿ ਅਸੀਂ ਵੀ ਆਪਣੇ ਪੁਰਖਾਂ ਦੀ ਧਰਤੀ ਤੇ ਆ ਗਏ ਸ਼ਹੀਦ ਅਲੀ ਖਾਨ ਨੇ ਤੇ ਕੈਮਰੇ ਵੱਲ ਦੇਖਣਾ ਪਲੀਜ਼ ਮੈਂ ਮਸ਼ਰਕੀ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਡਿਸਟ੍ਰਿਕਟ ਨਾਲ ਵਿਲਾੰਗ ਕਰਦਾ ਉੱਥੇ ਮੇਰਾ ਪਿੰਡ ਬਡਲਾ ਸੀ ਬਡਲਾ ਜਿਹੜਾ ਹੁਸ਼ਿਆਰਪੁਰ ਤੋਂ 6-7 ਕਿਲੋਮੀਟਰ ਦੇ ਫਾਸਲੇ ਤੇ ਸੀ ਪਾਰਟਿਸ਼ਨ ਦੇ ਵਿੱਚ ਅਸੀਂ ਫਿਰ ਉਤੋਂ ਪੈਦਲ ਚੱਲਦੇ ਹੁਸ਼ਿਆਰ ਵਿੱਚ ਮੁxtਲਫ ਰਾਤ ਨੂੰ ਹਮਲਾ ਹੋਇਆ ਸੀ ਤੇ ਨਜ਼ਦੀਕੀ ਪਿੰਡ ਅਸੀਂ ਫਗਲਾਣੇ ਗਏ ਉੱਥੇ ਰਾਤ ਰਹਿ ਉਸ ਤੋਂ ਬਾਅਦ ਫਿਰ ਮੇਟਿਆਣਾ ਪਿੰਡ ਸੀ ਉੱਥੇ ਗਿਆ ਮੇਟਿਆੜੇ ਤੋਂ ਫਿਰ ਪਡੋਰੀ ਸਾਡਾ ਕੈਂਪ ਲੱਗਾ ਉੱਥੇ ਅਸੀਂ ਕਾਫੀ ਦਿਨ ਗੁਜ਼ਾਰੇ ਤੇ بارشਾਂ ਵਗੈਰਾ ਦਾ ਬਹੁਤ ਜ਼ੋਰ ਸੀ ਪਰੇਸ਼ਾਨੀ ਦਾ ਹਾਲਮ ਸੀ ਉਸ ਤੋਂ ਫਿਰ ਸਾਡੀ ਹਫਾਜ਼ਤ ਵਾਸਤੇ ਕੁਝ ਫੌਜ ਦੇ ਆਦਮੀ ਮੁਕਰਰ ਕੀਤੇ ਗਏ ਸਾਲ ਤੇ ਕਾਫੀ ਦਿਨ گزارਣ ਤੋਂ ਬਾਅਦ ਫਿਰ ਸਾਡਾ ਕਾਫਲਾ ਜਿਹੜਾ ਸੀ ਉਹ ਚੱਲ ਪਿਆ ਫਿਰ ਅਸੀਂ ਹਾਰਪੁਰ ਤੋਂ ਹੁੰਦੇ بارش ਦਾ ਜ਼ੋਰ بارش ਦੇ ਦੌਰਾਨ ਹੀ بارش ਪੈ ਰਹੀ ਸੀ ਤੇ ਅਸੀਂ ਚੱਲਦੇ ਆਏ ਫਿਰ ਆ ਚੇ ਇੱਕ ਜਗ੍ਹਾ ਪੜਾਓ ਕੀਤਾ ਉਸ ਤੋਂ ਬਾਅਦ ਫਿਰ ਪੜਾਓ ਕੀਤਾ ਰਾਹ 'ਚ ਨਦੀ ਨਾਲੇ ਜੀ ਸਾਰੇ ਕੁਝ ਨੁਕਸਾਨ ਹੁੰਦਾ ਰਹੇ ਲੋਗਾਂ ਦਾ ਜ਼ਾਇਆ ਹੁੰਦਾ ਰਹੇ ਕਤਲ ਹੁੰਦੇ ਰਹੇ ਅਸੀਂ ਗੜੇ ਪਹੁੰਚੇ ਗੜੇ ਜਿਲੰਦਰ ਤੋਂ ਕੁਝ ਫਾਸਲੇ ਤੇ ਹੈ ਤੇ ਉਥੇ ਗੜੇ ਤੇ ਉਥੇ ਫਿਰ ਚੰਦਨ ਕੇ ਆਮ ਕੀਤਾ ਗੜੇ ਤੋਂ ਫਿਰ ਅਸੀਂ ਰੇਲਵੇ ਲਾਈਨ ਤੋਂ ਰੇਲ ਰੇਲ ਦੇ ذریعے ਫਿਰ ਅਸੀਂ ਇਹ ਸਰਗੋਦਾ ਜਿੱਥੇ ਅੱਜ ਕੱਲ ਯੂਨੀਵਰਸਿਟੀ ਬਣੀ ਹੋਈ ਏ ਇੱਥੇ ਅਸੀਂ ਆ ਗਏ ਇਤੋਂ ਫਿਰ ਜਿਹੜਾ ਗੌਰ ਥੱਲੇ ਥੱਲੇ ਗੌਰਮਣ ਦੀ ਤਰਫੋਂ ਇੰਤਜ਼ਾਮ ਸੀ ਕਿ ਜਿਹੜੇ ਲੋਕ ਆਉਂਦੇ ਸੀ ਉਹਨਾਂ ਨੂੰ ਉਹ ਵੈਲਕਮ ਕਰਦੇ ਸੀ ਉਹਨਾਂ ਨੂੰ ਸੈਟਲ ਕਰਦੇ ਸੀ ਹਾਂਜੀ ਉਤੋਂ ਫਿਰ ਅਸੀਂ ਚੰਦਨ ਉੱਥੇ ਅਸੀਂ ਠਹਿਰੇ ਚਾਰੋਂ ਤੋਂ ਬਾਅਦ ਫਿਰ ਹਕੂਮਤ ਦੇ ਇੰਤਜ਼ਾਮ ਦੇ ਮੁਤਾਬਕ ਅਸੀਂ ਬਤਾਲੀ ਜਨੂਬੀ ਅਸੀਂ ਆ ਗਏ ਬਤਾਲੀ ਜਨੂਬੀ ਜਿਸ ਵੇਲੇ ਆਏ ਇੱਥੇ ਸਾਰ ਤੋਂ ਪਹਿਲੇ ਲੋਕ ਆਏ ਹੋਏ ਸੀ ਜਲੰਧਰ ਦੇ ਲੋਕ ਸੀ ਜ਼ਿਆਦਾ ਉਸ ਤੋਂ ਬਾਅਦ ਫਿਰ ਅੰਬਾਲਾ ਦੇ ਲੋਕ ਆਉਣੇ ਸ਼ੁਰੂ ਹੋ ਗਏ ਹੋਰ ਮੁxtਲਫ ਇਲਾਕਿਆਂ ਦੇ ਲੋਕ ਇੱਥੇ ਆ ਗਏ ਤੇ ਜਿਸ ਵਕਤ ਅਸੀਂ ਇਹ ਚੱਕ ਦੇ ਵਿੱਚ ਆਏ ਚੱਕ ਬੜਾ ਖੁੱਲਾ ਹੈ ਸੀ ਇਹ ਚੱਕ ਪਹਿਲੇ ਸਿੱਖਾਂ ਦਾ ਔਰ ਹਿੰਦੂਆਂ ਦਾ ਮਿਲਿਆ ਜੁਲਿਆ ਚੱਕ ਸੀ ਔਰ ਇਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਸਫਾਈ ਦਾ ਬੜਾ ਇੰਤਜ਼ਾਮ ਸੀ ਇਸ ਚੱਕ ਦਾ ਇੱਕਾਂ ਰੇਡੀ ਮਜਿਸਟ੍ਰੇਟ ਸੀ ਉਹ ਸਾਂ ਰੇਡੀ ਮਜਿਸਟ੍ਰੇਟ ਤੇ ਵਾਸਤੇ ਬਾਸ ਆਉਂਦੀ ਸੀ ਇੱਥੇ ਉਹ ਸਵੇਰ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਪਿੰਡ ਦੇ ਵਿੱਚ ਛੜਕਾਓ ਕੀਤਾ ਜਾਂਦਾ ਸੀ ਬਾਰ ਸਾਈਡਾਂ ਤੇ ਤਲਾਬ ਬਣੇ ਸੀ ਉਹਨਾਂ ਨੇ ਤਲਾਬ ਬਣਾਏ ਸੀ ਤੇ ਪੇੜ ਦੇ ਤੋਂ ਨਾਲ ਜਿਹੜਾ ਖਾਲਾ ਗੁਜ਼ਰ ਗਿਆ ਗੁਜ਼ਰ ਰਿਹਾ ਤੇ ਉਹ ਤੇ ਵੀ ਕੋਈ ਸਾਈਡਾਂ ਤੇ ਪਰਦੇ ਬਣੇ ਹੋਏ ਸੀ ਇੱਥੇ ਬਾਜ਼ਾਰ ਬੜੇ ਖੁੱਲੇ ਸੀ ਆਬਾਦੀ ਜੋ ਜੋ ਫਿਰ ਲੋਕ ਆਉਂਦੇ ਗਏ ਆਬਾਦੀ ਦੇ ਵਾਧਾ ਹੁੰਦਾ ਗਿਆ ਤੇ ਲੋਕਾਂ ਨੇ ਫਿਰ ਵਕਤ ਗੁਜ਼ਰਨ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਮਕਾਨਾਂ ਦੇ ਵਿੱਚ ਤਬਦੀਲੀ ਕੀਤੀ ਅਮੈਂਡਮੈਂਟਸ ਕੀਤੀਆਂ ਉਹਦੇ 'ਚ ਤੇ ਇਸ ਚੱਕ ਦੇ ਮੁਤਲਕ ਮਸ਼ਹੂਰ ਏ ਕਿ ਕਿਉਂਕਿ ਇੱਥੋਂ ਦਾ ਆਰ ਏਰੀਆ ਜੀ ਵਜ੍ਹਾ ਸਟੇਟ ਸੀ ਤੇ ਔਰ ਲੋਕ ਬੜੇ ਪੜੇ ਲਿਖੇ ਪੈਨਸ਼ਨਰ ਸੀ ਜ਼ਿਆਦਾ ਲੋਕ ਸੁਣਿਆ ਹੈ ਤੁਸੀਂ ਉਹਨਾਂ ਦਾ ਨਾਮ ਦੱਸ ਸਕਦੇ ਹੋ ਜਿਹੜੇ ਆਨਰਲੀ ਮੈਜਿਸਟਰੇਟਸ ਹਨ ਨਹੀਂ ਮੈਂ ਮਾਦੋ ਵਿਕਸੇ ਦਾ ਕਿਹੜੇ ਮਜ਼ਬਬ ਨਾਲ ਤੱਲਕ ਸੀ ਉਹ ਸਿੱਖ ਸਨ ਜਿੱਥੋਂ ਤੁਸੀਂ ਆਏ ਹੋ ਨਾ ਹਾਂਜੀ ਹੁਣ ਉਹ ਉਸੇ ਹਾਤੇ 'ਚ ਰਹਿੰਦੇ ਸੀ ਜਿੱਥੇ ਸਿੱਖ ਹਨ ਉਹ ਹਾਂ ਉੱਥੇ ਤੇ ਪਾਰਟੀਸ਼ਨ ਵੇਲੇ ਉਹ ਵੀ ਫਿਰ ਉਧਰ ਚਲੇ ਗਏ ਸਾਰੇ ਚਲੇ ਗਏ ਨਾ ਸਿਰਫ ਇੱਕ ਆਦਮੀ ਇੱਥੇ ਰਹਿ ਗਿਆ ਸੀ ਚੌਧਰੀ ਮੁਹੰਮਦ ਦੀ ਇਕਬਾਲ ਜਿਹੜੇ ਹਲਕਾ ਬਗੋਸ਼ੇ ਇਸਲਾਮ ਹੋ ਗਏ ਉਹਨਾਂ ਦੇ ਬੇਟੇ ਇੱਥੇ تشریف ਫਰਮਾ ਲੈ ਅੱਛਾ ਚੌਧਰੀ ਖਾਲਸ ਸਾਹਿਬ ਬਾਕੀ ਉਹਨਾਂ ਸਾਰੇ ਜੋ ਸੀ ਇਸ ਰਿਹਾਇਸ਼ੀ ਹਿੰਦੂ ਸਿੱਖ ਸਾਰੇ ਚਲੇ ਗਏ ਸਨ ਇੱਥੇ ਪਹਿਲੇ ਮੁਜ਼ਾਰੇ ਸਨ ਇੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਜ਼ਮੀਨ ਵਾਹਦੇ ਸੀ ਜਿਹਨਾਂ ਦੀ ਆਪਣੀ ਜ਼ਮੀਨਾਂ ਕੋਈ ਨਹੀਂ ਸੀ ਉਹ ਇੱਥੇ ਹੈ ਨੇ ਹੁਣ ਵੀ ਹੈ ਨੇ ਲੇਕਿਨ ਉਹ ਖੁਦ ਬਜ਼ੁਰਗ ਤੇ ਗੁਜ਼ਰ ਗਏ ਉਹਨਾਂ ਦੀ ਔਲਾਦ ਹੈ ਤੁਸੀਂ ਜਦੋਂ ਇੱਥੇ ਸੀ ਤੇ ਸਭ ਤੋਂ ਵੱਡੀਆਂ ਮੋਟੀਆਂ ਜ਼ਮੀਨਾਂ ਕਿਹਦੇ ਕੋਲ ਸਨ ਅਸੀਂ ਜਿਸ ਵੇਲੇ ਆਏ ਆ ਨਾ ਇਹ ਅਸੀਂ ਜੀ ਤਾਂ ਅਲਾਟਮੈਂਟ ਹੋਈ ਲੋਕਾਂ ਨੂੰ ਮੁxtਲਫ ਜੈਸੇ ਜਿਸ ਹਿਸਾਬ ਨਾਲ ਲੋਕਾਂ ਨੂੰ ਜ਼ਮੀਨ ਲੋਟ ਕੀਤੀ ਜਾਂਦੀ ਏ ਦੱਸਿਆ ਜਾਂਦਾ ਫਲਾਣੇ ਦਾ ਮਰਬਾ ਸੀ ਨਾ ਉਹਦੇ ਵਿੱਚੋਂ ਇਹਨਾਂ ਉਹ ਜਦੋਂ ਵਿਰਾਸਤ ਜਦੋਂ ਚੜਦੀ ਹੈ ਤੁਸੀਂ ਦੱਸਿਆ ਤਾਂ ਨਾ ਫਲਾਣੇ ਦਾ ਰਕਬਾ ਜਿਹੜਾ ਤੁਹਾਨੂੰ ਪਿਆ। ਹਾਂ ਸਾਨੂੰ ਜਿਹੜਾ ਰਕਬਾ ਪਿਆ ਸੀ ਨਾ ਉਹ ਉਹ ਮੇਰੇ ਜ਼ੇਤ ਤੇ ਨਾਲ ਹੀ ਹੁਣ ਆ ਰਿਹਾ। ਸੁਬੇ ਤੁਹਾਨੂੰ ਦੋ ਤਿੰਨ ਨਾਂ ਦੱਸਦਾ ਇਹ ਬੈਠੇ ਨੇ ਇੱਥੇ ਖੜੇ ਨੇ ਮੇਰੇ ਚਾਚਾ ਜੀ ਤੇ ਇੱਕ ਸੀਗੇ ਦੱਲ ਸਿੰਘ ਇੱਕ ਸੀਗੇ ਪਿਸ਼ੋਰਾ ਸਿੰਘ ਕਾਨ ਸਿੰਘ ਜਗੀਰ ਸਿੰਘ ਤੁਸੀਂ ਨਾਂ ਦੱਸੋ ਜੀ ਹੋਰ ਆ ਜਗੀਰ ਸਿੰਘ ਦਾ ਰਕਬਾ ਤੇ ਆ ਹੀ ਇਹ ਨਾਲ ਹੀ ਪਿੰਡ ਦੇ। ਸਭ ਤੋਂ ਵੱਡੇ ਕਾਨ੍ਹ ਸਿੰਘ ਸੀ ਹਾਂ ਹਾਂ ਦਲ ਸਿੰਘ ਮੇਰੇ ਦਾਦਾ ਸਾਹਿਬ ਜੀ ਸੀ ਕਿ ਅੱਛਾ ਤੇ ਫਿਰ ਜਗੀ ਜਗੀਰ ਸਿੰਘ ਦੂਸਰੇ ਨਾ ਇੱਥੇ ਇੱਕ ਆਗਿਆ ਤੀਰਥਰਾਮ ਸੀ ਤੀਰਥਰਾਮ ਉਹਨਾਂ ਦੇ ਰਕਬਾ ਤੁਹਾਡੇ ਸਾਹਮਣੇ ਤੀਰਥਰਾਮ ਉਹ ਬਾਤਾ ਜਿਹੜਾ ਲਾਲ ਲਾਲ ਚੰਦ ਸੀ ਲਾਲ ਲਾਲ ਚੰਦ ਤੀਰਥਰਾਮ ਹਾਂ ਤੀਰਥਰਾਮ ਬਾਲੀ ਤੇ ਨਹੀਂ ਸੀ लास्ट ਉਹ ਤੀਰਥਰਾਮ ਬਾਲੀ ਸੀ ਪੂਰਾ ਨਾਂ ਨਾ ਮੈਂ ਤੀਰਥਰਾਮ ਜਾਣਦਾ ਤੇ ਤੀਰਥਨਾ ਸੀ ਤੀਰਥਰਾਮ ਨਾਲ ਹੀ ਜਾਣਦੇ ਉਹਨਾਂ ਨੂੰ ਬਾਲੀ ਉਹਨਾਂ ਦਾ ਪਤਾ ਨਹੀਂ ਲਾਸਤ ਨਾ ਅੱਛਾ ਸਾਡੀ ਮੇਨ ਗੱਲ ਐ ਸੀ ਸਾਡੀ ਜਿਹੜੀ ਜ਼ਮੀਨ ਸੀ ਨਾ ਬੰਦ ਹੋ ਗਈ ਬੰਦ ਹੋ ਗਈ ওকে ওকে ਦੱਸਣ ਲੱਗੇ ਤੁਸੀਂ ਅੱਗੇ ਦੱਸੋ ਜੀ ਤੁਸੀਂ ਜੋ ਦੱਸ ਰਹੇ ਸੀ ਹਾਂਜੀ ਮਾਈਕ ਕੋਲ ਕਰ ਲੋ ਹਾਂਜੀ ਤੁਸੀਂ ਅੱਗੇ ਦੱਸ ਰਹੇ ਸੀ ਕਿ ਤੁਸੀਂ ਅਨਰਲੀ ਮੈਜਿਸਟ੍ਰੇਟ ਸ਼ਾਮ ਨੂੰ ਵਾਪਸ ਆਉਂਦੇ ਸੀ ਪਾਣੀ ਦਾ ਛੜਕਾਓ ਹੁੰਦਾ ਸੀ ਆ ਇੱਕ ਆਦਮੀ ਇਹਨਾਂ ਨੇ ਸਪੈਸ਼ਲ ਰੱਖਿਆ ਸੀ ਜਿਹਨੂੰ ਇਹਨਾਂ ਨੇ ਚਾਰ ਕਿੱਲੇ ਰਕਬਾ ਸੌਰੀ ਦਿੱਤਾ ਹੋਇਆ ਸੀ ਹਾਂਜੀ ਅੱਗੇ ਵਾਪਸ ਸੌਰੀ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਜ਼ਮੀਨ ਦੇ ਬਾਰੇ ਕੀ ਦੱਸਦੇ ਸੀ ਉਹ ਸਾਡੇ ਪਿੰਡ ਦੇ ਮਾਈਕ ਕੋਲ ਕਰੋ ਨਾ ਕੋ ਬਹੁਤ ਵੱਡਾ ਲਾਇਆ ਹੋਇਆ ਮੇਰੇ ਦਾਦਾ ਜੀ ਨੇ ਦਲ ਸਿੰਘ ਉਹਨਾਂ ਨੇ ਤੇ ਉਹ ਕਾਫੀ ਦੇਰ ਤੱਕ ਗਵਰਨਮੈਂਟ ਨੇ ਪਾਕਿਸਤਾਨ ਗਵਰਨਮੈਂਟ ਨੇ ਆਪਣੇ ਕੋਲ ਰੱਖਿਆ ਸੀ ਤੇ ਬਾਅਦ ਵਿੱਚ ਕਿਸੇ ਨੂੰ ਲੋਟ ਹੋ ਗਿਆ ਭਾਈ ਤੇ ਮੈਨੂੰ ਨਹੀਂ ਪਤਾ ਪਰ ਕਾਫੀ ਦੇਰ ਉਹ ਗਵਰਨਮੈਂਟ ਨੇ ਆਪਣੇ ਕੋਲ ਹੀ ਰੱਖਿਆ ਸੀ ਉਹਦੇ 'ਚ ਹਰ ਤਰ੍ਹਾਂ ਦੇ ਬੂਟੇ ਲੱਗੇ ਹੋਏ ਸੀ ਬਾਗ ਵੱਡਾ ਸੀ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਤੁਹਾਡੇ ਚੱਕ 42 ਦਾ ਇੱਕ ਮੁਸਲਮਾਨ ਸਾਡੇ ਪਿੰਡ ਅੰਬਾਲੇ ਦੇ ਕੋਲ ਸਾਡਾ ਪਿੰਡ ਹੈ ਸੌਂਡੇ ਦਾ ਹਾਂਜੀ ਤੇ ਉਹ ਜਿਹੜਾ ਮੁਸਲਮਾਨ ਸੀ ਉਹ ਸੌਂਡੇ ਦਾ ਸੀ ਤੇ ਉਹ ਚੱਕ ਬਤਾਲੀ ਚ ਆ ਕੇ ਉਹਨੂੰ ਲੋਟ ਹੋਇਆ ਘਰ ਜਾਂ ਜ਼ਮੀਨ 24 ਹੋਇਆ ਉਹਨੇ ਸਾਨੂੰ ਇੱਕ ਵਾਰੀ ਚਿੱਠੀ ਭਾਈ ਸੀ ਮੇਰੇ ਪਿਤਾ ਜੀ ਨੂੰ ਵੀ ਤੁਹਾਡੇ ਘਰ ਚ ਬਹੁਤ ਸਾਰੀਆਂ ਫੈਮਿਲੀਜ਼ ਰਹਿ ਰਹੀਆਂ ਨੇ ਤੇ ਉਹ ਉਹ ਦਾ ਮੈਂ ਕਹਿੰਨਾ ਵੀ ਸ਼ਾਇਦ ਉਹ ਕੁਝ ਪਤਾ ਲ ਲੇ ਰਹੇ ਹਾਂ ਜਰਪੀਸ ਅ ਅੱਛਾ ਦੱਸੋ ਜਰਾ ਕੋਈ ਵੱਡਾ ਘਰ ਐਸਾ ਜਿਹਦੇ ਵਿੱਚ ਕਾਫੀ ਫੈਮਿਲੀਆ ਆ ਕੇ ਵਸੀਆਂ ਨੇ ਇਹਨਾਂ ਨੂੰ ਮੈਂ ਉਸ ਉਸ ਤੇ ਕਰੇ 에어ਪਲੇਨ ਮੋਡ ਤੇ ਪਰ ਪਲੀਜ਼ ਉਹ ਸਾਰੀ ਵਾਈਬ੍ਰੇਸ਼ਨ ਉਸੇ ਅੰਦਰ ਆਏਗੀ ਮਾਈਕ ਤੇ ਇਹ ਇਹ ਜੇ ਮੈਂ ਹੁਣ ਨਹੀਂ ਪੂਰੀ ਤਰ੍ਹਾਂ ਦੱਸ ਸਕਦਾ ਕਿਉਂਕਿ ਸਾਰੇ ਘਰਾਂ ਦੇ ਵਿੱਚ ਫੈਮਿਲੀ ਕਹ ਰਹੇ ਨੇ ਕਿ ਇੱਕ ਘਰ ਦੇ ਵਿੱਚ ਕਾਫੀ ਫੈਮਲੀਆਂ ਆ ਕੇ ਵਸੀਆਂ ਨੇ ਇੱਕੋ ਘਰ ਚ ਵੱਡਾ ਘਰ ਹਾਂ ਸਾਰੇ ਘਰਾਂ ਤੇ ਜ 8 8 10 10 ਲੋਕ افراد ਕੁੰਬੇ ਜਿਹੜੇ ਬਸੇ ਕਿਉਂਕਿ ਆਬਾਦੀ ਜ਼ਿਆਦਾ ਹੋ ਗਈ ਲੋਕ ਜ਼ਿਆਦਾ ਆ ਗਏ ਉਹ ਸਾਰਿਆਂ ਦੇ ਇਸ ਤਰ੍ਹਾਂ ਹੋਏ ਗੰਡਾ ਸਿੰਘ ਅਸੀਂ ਅਸੀਂ ਸਾਡੂੰ ਜ਼ਮੀਨ ਅਰਾਠ ਹੋਈ ਗੰਡਾ ਸਿੰਘ ਨੇ ਉਹ ਹਾਤਾ ਗੱਡਾ ਸਿੰਘ ਤੇ ਗੱਡਾ ਸਿੰਘ ਯਾਦ ਆ ਗਿਆ ਹੂੰ ਤੇ ਗੱਡਾ ਸਿੰਘ ਦਾ ਹਾਤਾ ਜਿਹੜਾ ਸੀ ਉਹ ਚ ਵੀ 7-8 ਘਰ ਆਵਾਜ਼ ਸੀ ਬਾਕੀ ਜਿੰਨੇ ਵੀ ਇਹ ਮਕਾਨ ਖਾਲੀ ਹੋਏ ਸੀ ਜਾਂ ਹਾਤੇ ਖਾਲੀ ਹੋਏ ਸੀ ਉਹ ਸਾਰਿਆਂ ਦੇ ਵਿੱਚ 5-5 6-6 7-7 ਘਰ ਆਵਾਜ਼ ਹੋਏ ਨੇ ਉਹਦੀ ਵਜ੍ਹਾ ਇਹ ਸੀ ਕਿ ਅਤੇ ਦੇ ਥੋੜੇ ਸੀ ਜੇ ਲੋਕ ਜ਼ਿਆਦਾ ਆ ਗਏ ਉਹ ਫਿਰ ਉਹਨੂੰ ਤਕਸੀਮ ਕਰਕੇ ਆਪਣੇ ਹਿਸਾਬ ਨਾਲ 4 ਮਰਲੇ 2 ਮਰਲੇ 8 ਮਰਲੇ 10 ਮਰਲੇ ਉਹ ਲੋਕਾਂ ਨੇ ਲੈ ਸਭ ਤੋਂ ਜ਼ਿਆਦਾ ਜਗ੍ਹਾ ਜਿਹੜੀ ਸੀ ਸਾਡੇ ਪਿੰਡ ਦੇ ਇੱਥੇ ਆ ਕੇ ਪਹਿਲੇ ਨੰਬਰਦਾਰ ਬਣੇ ਸੂਬੇਦਾਰ ਚਿਰਾਗਦੀਨ ਉਹਨਾਂ ਕੋਲ ਜ਼ਿਆਦਾ ਸੀ ਜਗ੍ਹਾ ਉਹ ਨੰਬਰਦਾਰ ਦੀ ਜਗ੍ਹਾ ਸੀ ਪਹਿਲੇ ਵੀ ਉਹ ਨੰਬਰਦਾਰ ਸੀ ਉਹ ਜਲੰਧਰ ਜ਼ਿਲ੍ਹੇ ਬਾਦਸ਼ਾਹਪੁਰ ਦੇ ਸੀ ਅੱਛਾ ਇੱਕ ਇੱਕ ਸਾਨੂੰ ਹੁਣੇ ਮਿਲੇ ਸੀ ਜਨਾਬ ਉਹ ਅੰਬਾਲੇ ਦੇ ਕੋਲੋਂ ਖਰੜ ਦੇ ਕੋਲੋਂ ਇੱਥੇ ਆਏ ਸੀਗੇ ਉਹ ਹੁਣ ਵੀ ਇੱਥੇ ਹੈਗੇ ਨੇ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਜਾਂ ਉਹ ਛੋਂਡਾ ਜਿਹੜਾ ਸੀ ਖਰੜ ਦੇ ਕੋਲ ਸੀਗਾ ਛੋਂਡਾ ਜਿਹੜਾ ਸੀ ਨਾ ਇਹ ਅੰਬਾਲੇ ਦੇ ਕੋਲ ਸੀ ਪਰ ਖਰੜ ਤਹਿਸੀਲ ਸੀ ਅੰਬਾਲੇ ਦੀ ਅੱਛਾ ਉਹ ਖਰੜ ਤੋਂ ਇੱਥੇ ਇੱਕ ਹੈਗੇ ਸੱਜਣ ਇੱਥੇ ਮਿਲੇ ਅੱਜ ਉਹ ਖਰੜ ਤੋਂ ਇੱਥੇ ਆਏ ਸੀ ਉਹਨੂੰ ਜਰੂਰ ਪਤਾ ਹੋਏਗਾ ਕਿ ਕੋਈ ਸੌਂਡੇ ਤੋਂ ਵੀ ਆਇਆ ਹੈ ਤੇ ਚੱਕ ਬਤਾਜੀ ਤੁਸੀਂ ਤੁਸੀਂ ਖਰੜ ਤੋਂ ਆਏ ਸੀ ਜੀ ਅੱਛਾ ਤੇ ਸੌਂ ਤੁਸੀਂ ਸੌਂਡਾ ਸੁਣਿਆ ਨਾਮ ਕਦੀ ਸੌਂਡਾ ਨਹੀਂ ਸੀ ਅੰਬਾਲ ਅੰਬਾਲਾ ਡਿਸਟ੍ਰਿਕਟ ਸੀ ਅੰਬਾਲਾ ਸ਼ਹਿਰ ਦੇ ਕੋਲ ਨਹੀਂ ਉਹਨਾਂ ਨੂੰ ਨਹੀਂ ਪਤਾ ਉਹ ਇਹ ਖਰੜ ਤੋਂ ਹੀ ਆਏ ਨੇ ਬਟ ਉਹਨਾਂ ਨੂੰ ਪਤਾ ਨਹੀਂ ਸੌਂਡੇ ਦਾ ਨਹੀਂ ਪਤਾ ਉਹਨਾਂ ਨੂੰ ਉਕੇ ਖਾਸ ਤੌਰ ਤੇ ਪਿੰਡ ਦੀ ਹਿਸਟਰੀ ਤਾਂ ਤੁਹਾਨੂੰ ਪਤਾ ਚੱਲਦੀ ਹੈ ਜਿੱਦੋਂ ਕਿ 47 ਤੋਂ ਪਹਿਲੇ ਵਸਨੇਕ ਜਿਹੜੇ ਨੇ ਉੱਥੇ ਮੌਜੂਦ ਹੋਣ ਆਪਾਂ ਜਦੋਂ ਵੀ ਖੋਰੇ ਸਾਹਿਬ 47 ਦੀ ਗੱਲ ਕਰਦੇ ਆਂ ਤਾਂ ਖਾਸ ਕਰਕੇ ਪਿੰਡ ਨਿਵਾਸੀ ਜਿਹੜੇ ਸਭ ਤੋਂ ਪੁਰਾਣੇ ਬਾਬੇ ਹੁੰਦੇ ਨੇ ਉਹਨਾਂ ਨਾਲ ਹੀ ਜਾ ਕੇ ਚਾਹੇ ਅਸੀਂ ਮੰਗਟਾਂ ਵਾਲਾ ਗੁਜਰਾ ਰੋਡ ਦੇ ਉੱਤੇ ਚਾਹੇ ਚੱਕ ਤਰਨ ਤਰਨ ਔਰ ਚਾਹੇ ਆਪਾਂ ਕਹਿ ਲਓ ਕਿ ਟੋਬਾ ਟਿਕ ਸਿੰਘ ਔਰ ਚਾਹੇ ਤੁਸੀਂ ਕਹਿ ਲਵੋ ਕਿ ਸਮੰਦਰੀ ਰੋਡ ਦੇ ਉੱਤੇ ਜਿੰਨੇ ਤੁਹਾਨੂੰ ਪਿੰਡ ਦਿਖਾਏ ਨੇ ਕਲੰਦਰਾ ਵਾਲਾ ਤੇ ਉਹ ਸਾਰਿਆਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਸੀ ਕਿ ਉੱਥੇ ਪਿੰਡ ਦੇ ਵਿੱਚ ਸਾਨੂੰ ਪੁਰਾਣੇ ਬਾਬੇ ਜਿਹੜੇ ਸੀ ਉਸ ਪਿੰਡ ਦੇ ਵਸਨੀਕ ਮਿਲੇ ਸਨ ਜਦੋਂ ਤੱਕ ਜਿੱਥੇ ਤਾਂ ਕੋਈ ਵਸਨੀਕ ਨਹੀਂ ਮਿਲਦਾ ਤੁਹਾਨੂੰ ਉਸ ਜਗ੍ਹਾ ਦੀ ਹਿਸਟਰੀ ਜਿਹੜੀ ਹੈ ਜਾਂ ਸਾਇਲੈਂਟ ਫੀਚਰ ਲੱਭਣੇ ਬਹੁਤ ਔਖੇ ਹੁੰਦੇ ਨੇ ਕਿਉਂਕਿ ਜਿਹੜਾ ਮਾਈਗ੍ਰੇਟ ਕਰਕੇ ਆ ਉਹਨੂੰ ਆਪਣੇ ਪਿਛੋਕੜ ਦਾ ਪਤਾ ਹੈ ਆਉਣ ਵਾਲੇ ਨੂੰ ਜੋ ਨਜ਼ਰ ਆ ਰਿਹਾ ਉਹਨੇ ਤਾਂ ਉਹੀ ਦੇਖਣਾ ਔਰ ਤੁਹਾਨੂੰ ਉਹੀ ਦੱਸਣਾ ਕਿ ਮੈਂ ਪਿੰਡ ਦੇ ਵਿੱਚ ਇਹ ਦੇਖਿਆ ਇਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕੁਝ ਉਹੋ ਜਿਹੇ ਲੋਕ ਤੁਹਾਡੇ ਸਾਹਮਣੇ ਜ਼ਿੰਦਾ ਹੋਣ ਬੈਠੇ ਹੋਣ ਜਿਨ੍ਹਾਂ ਨਾਲ ਤੁਸੀਂ ਗੱਲ ਕਰੋ ਜਿਹੜੇ ਕਿ ਉੱਥੇ ਦੇ ਨੇਟਿਵਲੀ ਹੋਣ ਨਾਟ ਮਾਈਗਰੇਟਿਡ ਮਾਈਗਰੇਟਿਡ ਜਿਹੜਾ ਵੀ ਹੋਏਗਾ ਡੈਫੀਨਿਟਲੀ ਉਹਦੀ ਜਿੰਨੀ ਕਿ ਇਨਫੋਰਮੇਸ਼ਨ ਪਿੰਡ ਦੇ ਬਾਰੇ ਹੈ ਜਦੋਂ ਉਹ ਆਇਆ ਜਾਂ ਜਿੰਨੀ ਉਹਨੂੰ ਸੂਝ-ਬੂਝ ਹੈ ਉਹਨੇ ਉਹਦੇ ਮੁਤਾਬਕ ਤੁਹਾਨੂੰ ਉਹਨਾ ਹੀ ਦੱਸਣਾ ਹੈ لہਜ਼ਾ ਅਗਰ ਤੁਹਾਡੇ ਕੋਲ ਕਿਸੇ ਵੀ ਦੋਸਤ ਕੋਲ ਕਹਿਲਵੋ ਕੇ ਚੱਕ 42 ਜਨੂਬੀ ਜਾਂ ਚੱਕ 42 ਸਿੱਖਾਂ ਵਾਲੀ ਜਾਂ ਮੰਗਟਵਾਲਾ ਦੀ ਬਾਰੇ ਵਿੱਚ ਕੋਈ ਵੀ ਇਨਫੋਰਮੇਸ਼ਨ ਹੋਵੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਅਸੀਂ ਤੁਹਾਡੀ ਉਹ ਸਟੋਰੀ ਜਿਹੜੀ ਹੈ ਬਾਕੀ ਦੋਸਤਾਂ ਦੇ ਨਾਲ ਕਰਾਂਗੇ ਬਾਕੀ ਇੱਕ ਭਾਈ ਸਾਹਿਬ ਇਕਬਾਲ ਸਾਹਿਬ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਕਿ ਉਹ 47 ਤੋਂ ਬਾਅਦ ਕਨਵਰਟ ਹੋਏ ਨੇ ਇਸਲਾਮ ਦੇ ਵਿੱਚ ਤੇ ਉਹਨਾਂ ਦੇ ਬੇਟੇ ਵੀ ਸਾਡੇ ਨਾਲ ਬੈਠੇ ਹੋਏ ਨੇ ਇਹ ਤੁਹਾਡੇ ਵਾਲਦ ਸਭ ਹਯਾਤ ਨੇ ਫੌਤ ਹੋ ਗਏ ਨੇ ਤੁਸੀਂ ਕੁਝ ਥੋੜਾ ਜਨਾ ਅੱਬੂ ਦੇ ਬਾਰੇ ਵਿੱਚ ਤੁਹਾਨੂੰ ਸਟੋਰੀ ਉਹਨਾਂ ਨੇ ਦੱਸੀ ਹੋਣੀ ਕੋਈ ਨਾ ਕੋਈ ਨਹੀਂ ਖਾਸ ਤੇ ਨਹੀਂ ਕਦੀ ਪੁੱਛੀ ਜੀ 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 ਤੇ ਉਹਨਾਂ ਨਾਲ ਤੇ ਮੇਰਾ ਕੋ ਰਾਬਤਾ ਰਵਤਾ ਰਹਿੰਦਾ ਜੀ ਤੇ ਉਹਨਾਂ ਦੇ ਬੇਟੇ ਨਾਲ ਤੇ ਉਹਨਾਂ ਨਾਲ ਨਾ ਜੀ ਤੇ ਉਹ ਹੁਣ ਹੁਣ ਵੀ ਹੈ ਕਾਫੀ ਏਜਡ ਹੈ ਜੀ ਤੇ ਅਮਰੀਕ ਸਿੰਘ ਸੇਠੀ ਜੀ ਜੀ ਅਮਰੀਕ ਸਿੰਘ ਸੇਠੀ ਜੀ ਓਕੇ ਜੀ ਇਹ ਸੇਠੀਆਂ ਤੋਂ ਮਤਲਬ ਕਿ ਆਪਣੇ ਕਹਿ ਲੋ ਤੁਸੀਂ ਕਿ ਖੋਖਰੇਣਾ ਦੀਆਂ ਅੱਠ ਗੋਤਾਂ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਵਿੱਚੋਂ ਚੱਡੇ ਚੰਡੋਕ ਆਨੰਦ ਸਾਹਣੀ ਸੁਆਣੀ ਛਾਣੇ ਤੁਸੀਂ अच्छा कहीं भी ਤੁਸੀਂ ਉਹਦੇ ਵਿੱਚ ਹੀ ਉਹ ਖਤਰੀਆਂ ਦੇ ਵਿੱਚ ਹੀ ਉਹ ਖਤਰੀਆਂ ਚ ਖੁਕ ਰਹਿਣਾ ਚ ਹੀ ਆ ਖੁਕ ਰਹਿਣਾ ਵਿੱਚ ਬਿਲਕੁਲ ਜੀ ਵਧਿਆ ਜੀ ਇਹ ਇਹ ਸਮਝ ਲਓ ਤੁਸੀਂ ਕਿ ਅਸੀਂ ਤਿੰਨੇ ਇਸ ਵੇਲੇ ਜਿਹੜੇ ਖੁਕ ਰਹਿਣ ਬੈਠੇ ਹੋਏ ਆ ਅਸੀਂ ਛਾਣਿਆਂ ਚ ਆ ਅਸੀਂ ਛਾਣਿਆਂ ਚ ਆ ਤੁਸੀਂ ਕਈ ਔਰ ਵੀਰ ਜੀ ਦੱਸ ਰਹੇ ਨੇ ਕਿ ਕਿਹੜੀ ਗੋਤ ਸੀ ਮਹਤਾ ਜੀ ਮਹਤੇ ਜਣੇ ਨੇ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਅੱਗੋਂ ਸਬ ਲਾਈਨਸ ਜਿਹੜੀਆਂ ਕਹਿ ਲਓ ਤੁਸੀਂ ਕਾਸਟੀਆਂ ਬਹੁਤ ਜ਼ਿਆਦਾ ਨੇ ਬਟ ਫੇਸ ਫੀਚਰ ਜਿਹੜੇ ਨੇ ਉਹ ਦੂਰੋਂ ਪਛਾਣੇ ਜਾਂਦੇ ਨੇ ਅਗਰ ਕੋਈ ਬੰਦਾ ਆਇਡੈਂਟੀਫਿਕੇਸ਼ਨ ਕਰਨ ਵਾਲਾ ਹੋਵੇ ਕਿਉਂਕਿ ਜਦੋਂ ਅਸੀਂ ਮਾਸਟਰ ਕਰ ਰਹੇ ਸੀ ਤਾਂ ਉਸ ਵੇਲੇ ਫੇਸ ਆਇਡੈਂਟੀਫਿਕੇਸ਼ਨ ਜਿਹੜੀ ਸੀ ਪੰਜਾਬੀਆਂ ਦੀ ਜਾਟਾਂ ਦੀ ਮੁਗਲਸ ਦੀ ਜਾਂ ਪਾਰਸ਼ੀਅਨ ਦੀ ਜਾਂ ਪਿਓਰਲੀ ਜਿਹੜੇ ਕਹਿ ਲਓ ਤੁਸੀਂ ਕਿ ਬ੍ਰਾਹਮਣਸ ਹਨ ਉਹਨਾਂ ਦੇ ਫੇਸ ਦੀ ਆਇਡੈਂਟੀਫਿਕੇਸ਼ਨ ਉਹਨਾਂ ਨੇ ਦੱਸੀ ਸੀ ਔਰ ਉਹਦੇ ਤੋਂ ਪਹਿਚਾਨ ਹੋ ਜਾਂਦੀ ਹੈ ਫੇਸ ਫੀਚਰਸ ਦੇਖ ਕੇ ਕਿ ਕੌਣ ਕਿਦਾਂ ਦੇ ਸੀ ਤੁਸੀਂ ਹਾਂਜੀ ਬੋਲੋ ਮੈਂ ਪੁੱਛਣਾ ਚਾਹੁੰਦਾ ਏ ਮੈਟਰ ਮੈਟਾ ਵਿਸੀਗੇ ਚੱਕ ਬਤਾਲੀ ਚ ਅੱਛਾ ਮੈਤੇ ਵੀ ਸਣੇ ਤੇ ਨਾ ਮੈਤੇ ਬੈਠੇ ਵੀ ਸਾਨੂੰ ਮੈਤਾ ਜਿਹੜੇ ਸੀ ਉਹ ਮੇਰੇ ਫਾਦਰ ਸਾਹਿਬ ਦੇ ਬਹੁਤ ਨੇੜਿਓਂ ਦੋਸਤ ਸੀਗੇ ਇੱਕ ਬਖਸ਼ੀ ਸੀਗੇ ਜਗਿੰਦਰ ਸਿੰਘ ਬਖਸ਼ੀ ਤੇ ਕਮੰਡ ਸਿੰਘ ਬਖਸ਼ੀ ਇਹ ਸੁਣੋ ਹੁਣ ਤੁਹਾਨੂੰ ਇਹਦੇ ਬਾਰੇ ਚ ਉਹਨਾਂ ਦੀ ਤੀਸਰੀ ਜਨਰੇਸ਼ਨ ਦੱਸੇਗੀ ਜੀ ਅੱਬੂ ਦੇ ਇੱਕ ਦੋਸਤ ਸੀ ਜੀ ਅਮਰੀਕ ਸਿੰਘ ਬਖਸ਼ੀ ਜੀ ਤੇ ਉਹਨਾਂ ਦਾ ਵਾਲਾ ਸਾਹਿਬ ਬੜਾ ਜ਼ਿਕਰ ਕਰਦੇ ਹੁੰਦੇ ਸੀ ਤੇ ਬਹੁਤ ਅੱਛਾ ਰਿਲੇਸ਼ਨਸ਼ਿਪ ਸੀ ਉਹਨਾਂ ਨਾਲ ਜੀ ਇੰਡੀਆ ਚ ਵੀ ਮੇਰੇ ابو 2-3 ਵਾਰ ਗਏ ਜੀ ਤੇ ਉਹਨਾਂ ਨਾਲ ਮਿਲਦੇ-ਮਿਲਦੇ ਰਹੇ ਜੀ ਉਹਨਾਂ ਨੂੰ ਤੇ ਹੁਣ ਵੀ ਉਹਨਾਂ ਦਾ ਮੇਰੇ ਨਾਲ ਰਾਬਤਾ ਰਹਿੰਦਾ ਜੀ ਜੁਗਿੰਦਰ ਸਿੰਘ ਬਖਸ਼ੀ ਨਰ ਇਹ ਅਮਰੀਕ ਸਿੰਘ ਬਖਸ਼ੀ ਹੈ ਜੀ ਗੱਲਬਾਤ ਨਾਲ ਉਹਨਾਂ ਦਾ ਦੂਸਰਾ ਤਾਂ ਮੈਨੂੰ ਨਹੀਂ ਪਤਾ ਜੀ अच्छा ਤੇ ਤੁਸੀਂ ਅੱਬੂ ਦੇ ਮੁਤਲਕ ਥੋੜਾ ਇਹਨਾਂ ਦੱਸੋ ਆਪਣੇ ਖਾਨਦਾਨ ਦੇ ਬਾਰੇ ਚ ਕਿ ਤੁਹਾਡਾ ਬਾਕੀ ਦਾ ਖਾਨਦਾਨ ਐਸ ਵੇਲੇ ਕਿੱਥੇ ਹੈ ਔਰ ਕਿੰਨੇ ਸਾਲ ਹੋ ਗਏ 1947 ਚ ਹੀ ਗਏ ਜੀ ਉਹ ਬਾਕੀ ਦਾ ਤਾਂ ਬਾਕੀ ਦਾ ਖਾਨਦਾਨ ਤੇ ਤਕਰੀਬਨ ਵਡੇਰੇ ਦੇ ਸਾਰੇ ਖਤਮ ਹੋ ਗਏ ਜੀ ਚਾਚੇ ਮੇਰੇ ਵੀ ਤੇ ਦਾਦਾ ਅੱਬੂ ਵੀ ਤੇ ਸਭ ਕੁਝ ਜੀ ਤੇ ਬਾਕੀ ਮੇਰੇ ਕਜ਼ਨ-ਕਜ਼ਨ ਹੈ ਜੀ ਉਹਨਾਂ ਦੀ ਹਾਲ-ਔਲਾਦ ਹੈ ਜੀ ਉੱਥੇ ਤੁਹਾਡੇ ਇਕੱਲੇ ਹੀ ਵਾਲਦ ਸਾਹਿਬ ਵੀ ਮੁਸਲਮਾਨ ਹੋਏ ਸੀ ਜੀ ਮੇਰੇ ਇਕੱਲੇ ਵਾਲਦ ਸਾਹਿਬ ਮੁਸਲਮਾਨ ਹੋਏ ਸੀ ਜੀ अच्छा बाकी तो, 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 तो बाकी ਤੁਹਾਡੇ ਜਿਹੜੇ ਚਾਚੇ ਤਾਏ ਨੇ ਉਹ ਉਧਰ ਹੀ ਚਲੇ ਗਏ ਸੀ ਉਹ ਨਹੀਂ ਮੁਸਲਮਾਨ ਹੋਏ ਸੀ ਉਹਨਾਂ ਚ ਰਾਬਤਾ ਹੈ ਤੁਹਾਡਾ ਕੋਈ ਨਹੀਂ ਅੱਬੂ ਦੇ ਹੁੰਦਿਆਂ ਰਿਹਾ ਜੀ ਰਾਬਤਾ ਉਸ ਤੋਂ ਬਾਅਦ ਨਹੀਂ ਜੀ ਰਾਬਤਾ ਓਕੇ ਤੁਹਾਡੀ ਬਲੱਡ ਲਾਈਨ ਕੱਟ ਗਈ ਇਹਦਾ ਮਤਲਬ ਕਿ ਬਾਕੀ ਲੋਕਾਂ ਦੇ ਨਾਲ ਜੁੜੀ ਸੀ ਉਹ ਕੁਝ ਪਤਾ ਹੈਗਾ ਤੁਹਾਨੂੰ ਕਿ ਉਹ ਕਿੱਥੇ ਗਏ ਸੀ ਉਹ ਮੂਲਾਣੇ ਚ ਗਏ ਸੀ ਜੀ ਅੱਛਾ ਸਾਰਾ ਖਾਨਦਾਨ ਮੂਲਾਣੇ ਚ ਮੂਲਾਣੇ ਜੀ ਗਿਆ ਜੀ ਡਿਸਟ੍ਰਿਕਟ ਕਿਹੜੀ ਹੈ ਅੰਬਾਲਾ ਜੀ ਅੰਬਾਲਾ ਠੀਕ ਹੋ ਗਿਆ ਮੁਲਾਣਾ ਦੇ ਵਿੱਚ ਨਾਮ ਉਹਨਾਂ ਦੇ ਕੁਝ ਯਾਦ ਨਹੀਂ ਕੋਈ ਦੱਸ ਦੇ ਨੇ ਵੱਡੇ ਕੀ ਦੱਸ ਕੇ ਗਏ ਨਾਮ ਨਹੀਂ ਹੁਣ ਜ਼ੇਹੰਚ ਨਹੀਂ ਜੇ ਓਕੇ ਜੀ ਅੰਬਾਲਾ ਜਿਹੜੀ ਡਿਸਟ੍ਰਿਕਟ ਹੈ ਉਹਦੇ ਵਿੱਚ ਮੁਲਾਣਾ ਪਿੰਡ ਹੈ ਔਰ ਮਹਿਤਿਆਂ ਵਿੱਚੋਂ ਅਗਰ ਕੋਈ ਵੀ ਪਰਿਵਾਰ ਦੇ ਵਿੱਚੋਂ ਹੁਣ ਹੈਗਾ ਕਾਫੀ ਲੋਕ ਸਾਡੇ ਪ੍ਰੋਗਰਾਮ ਦੇਖਦੇ ਨੇ 47 ਦੀ ਵੰਡ ਬਾਰੇ ਆਰਕਾਈ 47 ਜਾਂ ਖੋਰੇ ਸਾ 47 ਦੇ ਵਿਛੋੜਾ ਔਰ ਖਾਲਸਾ ਰਾਜ ਫੋਟਸੈਪਸ ਇਨ ਪਾਕਿਸਤਾਨ ਤੇ ਪਲੀਜ਼ ਤੁਸੀਂ ਹਮੇਸ਼ਾ ਫੀਡਬੈਕ ਦਿੰਦੇ ਹੁੰਦੇ ਹੋ ਜਿਸ ਤਰ੍ਹਾਂ ਕਿ ਤੁਸੀਂ ਅ ਰਿਸਾਲਪੁਰ ਬਾਰੇ ਪੰਡਤ ਸਾਹਿਬ ਜਿਹੜੇ ਸਨ 97 ইয়ার 올ਡ ਉਹਦੀ ਤੁਸੀਂ ਸਟੋਰੀ ਬਹੁਤ ਜ਼ਿਆਦਾ ਪਬਲਿਸ਼ ਕੀਤੀ ਸੀ ਥੈਂਕ ਯੂ ਕਲੰਦਰਾਹ ਵਾਲੇ ਤੋਂ ਬਾਬਾ ਜੀ ਸਨ ਗੋਜਰਾ ਰੋਡ ਦੇ ਉੱਤੇ ਉਹ ਸਟੋਰੀ ਅਨਬੀਲੀਵੇਬਲ ਜਿਹੜੀ ਸੀ ਉਹ ਸ਼ੇਅਰ ਹੋਈ ਸੀ ਔਰ ਉਸ ਤੋਂ ਬਾਅਦ ਕਾਫੀ ਲੋਕ ਐਸੇ ਨੇ ਜਿਨ੍ਹਾਂ ਦੇ ਬਾਰੇ ਦੇ ਵਿੱਚ ਪਿੰਡ ਦੇ ਸਰਪੰਚਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਪੌਂਸਰ ਲੈਟਰ ਵੀ ਭੇਜਦੇ ਆ इवन देन ਆਉਣ ਜਾਣ ਦੇ ਟਿਕਟ ਵੀ ਅਸੀਂ ਦਵਾਂਗੇ ਕਿ ਸਾਡੇ ਪਿੰਡ ਤੋਂ ਅਗਰ ਕੋਈ ਬੰਦਾ ਗਿਆ ਹੈ ਉਹ ਵਾਪਸ ਆਉਣਾ ਚਾਹੇ ਵੇਖਣ ਵਾਸਤੇ ਪਿੰਡ ਨੂੰ ਤਾਂ ਅਸੀਂ ਪੂਰਾ ਸਪੋਰਟ ਕਰਾਂਗੇ ਤੇ ਉਹ ਮੈਨੂੰ ਉਸ ਵੇਲੇ ਬਹੁਤ ਅੱਛਾ ਲੱਗਦਾ ਜਦੋਂ ਕੀਤੇ ਹੋਏ ਪ੍ਰੋਗਰਾਮ ਤੋਂ ਲੋਕ ਉਧਰੋਂ ਆਸ ਦਿੰਦੇ ਨੇ ਕਿ ਸਾਡੇ ਪਿੰਡ ਦਾ ਇਹ ਸਾਡੇ ਪਿੰਡ ਦਾ ਬੰਦਾ ਹੈ ਇਹ ਤਾਂ ਪਰਿਵਾਰ ਸਾਡੇ ਪਿੰਡ ਚੋਂ ਗਿਆ ਹੈ ਇਹਨਾਂ ਦੀ ਮਸਜਿਦ ਸਾਡੇ ਮਹੱਲੇ ਦੇ ਵਿੱਚ ਸੀਗੀ ਜਿਸ ਤਰ੍ਹਾਂ ਕਿ ਮੈਂ ਲਾਹੌਰ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ ਤੇ ਉੱਥੇ ਪਲਵਾਨ ਜੀ ਸਨ ਉਹ ਕਹਿੰਦੇ ਸੀ ਜੀ ਸਾਡਾ ਕੰਬੂ ਕੰਬੂਤਰਾ ਇਸ ਨਾਂ ਕਰਕੇ ਗੇਟ ਦਾ ਨਾਮ ਸੀ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਤੋਬੀਆਂ ਦੇ ਮਹੱਲੇ ਦੇ ਵਿੱਚ ਕਬੂਤਰਾਂ ਕਬੂਤਰਾਂ ਵਾਲਾ ਇਸ ਨਾਂ ਕਰਕੇ ਤੇ ਉਹ ਕਾਫੀ ਲੋਕਾਂ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਫੀਡਬੈਕ ਦਿੱਤੀ ਸੀ ਤੇ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਹੁਣ ਆਪਣਾ ਮਲਹੋਤਰਾ ਫੈਮਿਲੀ ਹੋ ਗਈ ਜਿਸ ਤਰ੍ਹਾਂ ਐ ਭਾਈ ਸਾਹਿਬ ਮੈਤੇ ਹੋਗੇ ਤੇ ਇਸ ਤਰ੍ਹਾਂ ਵਿਛੜੇ ਹੋਏ ਪਰਿਵਾਰ ਅਗਰ ਆਪਸ ਦੇ ਵਿੱਚ ਕੋਸ਼ਿਸ਼ ਕਰੋ ਮਿਲਾਨ ਦੀ ਜਿਸ ਤਰ੍ਹਾਂ ਕਿ ਲਹੂ ਲਹੂ ਦੀ ਲਕੀਰ ਜਾਂ ਸੰਤਾਲੀ ਨਾਮਾ ਜਾਂ ਆਰਕਾਈ 47 ਜਾਂ ਪੰਜਾਬੀ ਲਹਿਰ ਜਾਂ ਪੰਜਾਬੀ ਲਹਿਰ ਸਾਂਝਾ ਜਾਂ ਸਾਂਝਾ ਪੰਜਾਬ ਤੇ ਇਹ ਸਾਰੇ ਜਿਹੜੇ ਦੋਸਤ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰਾ ਬਹੁਤ ਬਹੁਤ ਸਲਾਮ ਹੈ ਕਿ ਇੱਕ 10 ਸਾਲ ਪਹਿਲੇ ਕੀਤਾ ਹੋਇਆ ਕਾਰਜ ਜਿਹੜਾ ਅੱਜ ਇੰਨਾ ਕੁ ਫਲ ਫੁੱਲ ਗਿਆ ਕਿ ਉਹਦੇ ਤੇ 5 ਚੈਨਲਸ ਡਿਫਰੈਂਟ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਤੇ ਇਸੇ ਤਰ੍ਹਾਂ ਹੀ ਆਪਸ ਦੇ ਵਿੱਚ ਪੰਜਾਬੀਆਂ ਨੂੰ ਚਾਹੀਦਾ ਕਿ ਪਿਆਰ ਵੰਡ ਕੇ ਪਿਆਰ ਦੀਆਂ ਗੱਲਾਂ ਕਰਦੇ ਰਵੋ ਪਿਆਰ ਹੀ ਹਰ ਚੀਜ਼ ਦਾ ਹੱਲ ਹੈ ਨਫ਼ਰਤ ਕਿਸੇ ਚੀਜ਼ ਦਾ ਹੱਲ ਨਹੀਂ ਹੈ ਸੋ ਪੰਜਾਬੀਆਂ ਦੀ ਜਿਹੜੀ ਧਰਤੀ ਇੱਕ ਬੋਲੀ ਇੱਕ ਪਾਣੀ ਇੱਕ ਮਿੱਟੀ ਦੀ ਖਾਸੀਅਤ ਇੱਕ ਸਾਡੀਆਂ ਫਸਲਾਂ ਇੱਕ ਸਾਡੇ ਰੀਤ ਰਿਵਾਜ ਇੱਕ ਸਾਡੇ ਸ਼ਾਦੀ ਵਿਆਹ ਜਿਹੜੇ ਨੇ ਉਹ ਇੱਕ ਸਾਡੇ ਗੀਤ ਸਾਡੇ ਖੇਤ ਸਾਡੇ ਖल्याण ਸਾਰਾ ਕੁਝ ਦੇਖਿਆ ਉਹ ਸਭ ਤੋਂ ਵੱਡੀ ਗੱਲ ਹੈ ਕਿ ਮਾਂ ਬੋਲੀ ਇੱਕ ਹੈ ਥੋੜੇ ਦਿਨਾਂ ਤੱਕ ਹੀ ਪੰਜਾਬੀ ਕਲਚਰ ਡੇ ਜਿਹੜਾ ਉਹ ਆ ਰਿਹਾ ਹੈ ਔਰ ਐਤ ਕੀ ਤੁਹਾਨੂੰ ਖੁਸ਼ਖਬਰੀ ਸੁਣਾਵਾਂ ਕਿ ਪੰਜਾਬ ਗਵਰਨਮੈਂਟ ਨੇ ਬੜਾ ਸਟ੍ਰਿਕਲੀ ਸਕੂਲਾਂ ਨੂੰ ਆਰਡਰ ਕੀਤਾ ਕਿ ਪੰਜਾਬੀ ਕਲਚਰ ਡੇ ਜਿਹੜਾ ਸਕੂਲਾਂ ਦੇ ਵਿੱਚ ਮਨਾਇਆ ਜਾਏਗਾ ਔਰ ਪੂਰੀ ਤਰ੍ਹਾਂ ਤੇ ਮਨਾਇਆ ਜਾਏਗਾ ਲਾਸਟ ਈਅਰ ਪੰਜਾਬ ਦੇ ਅਸਿਸਟੈਂਟ ਕਮਿਸ਼ਨਰ ਔਰ ਡਿਪਟੀ ਕਮਿਸ਼ਨਰ ਔਰ ਪੁਲਿਸ ਆਫੀਸਰਸ ਜਿਹੜੇ ਸਨ ਉਹਨਾਂ ਦੇ ਸਿਰ ਦੇ ਉੱਤੇ 2 ਦਿਨ ਤੱਕ ਪੰਜਾਬੀ ਦਸਤਾਰ ਜਿਹੜੀ ਸੀ ਸਜਾਈ ਗਈ ਸੀ ਔਰ ਉਹਨੂੰ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸਰਾਇਆ ਗਿਆ ਸੀ ਐਟ ਲੀਸਟ ਪੰਜਾਬ ਨੂੰ ਪੰਜਾਬ ਦਾ ਗਵਾਚਿਆ ਹੋਇਆ ਕਲਚਰ ਮਿਲ ਰਿਹਾ ਹੈ ਪੰਜਾਬ ਨੂੰ ਪੰਜਾਬ ਦੀ ਗਵਾਚੀ ਹੋਈ ਪੱਗ ਵਾਪਸ ਮਿਲ ਰਹੀ ਹੈ ਤੇ ਤੂਫਾਨ ਸਿੰਘ ਫਿਲਮ ਜਿਹੜੀ ਸੀ ਉਹਦੇ ਵਿੱਚ ਇੱਕ ਬਹੁਤ ਹੀ ਭਾਵਕ ਕਿਸਮ ਦਾ ਇੱਕ ਜੁਮਲਾ ਸੀ ਕਿ ਵੀ ਉਹ ਬੱਚਾ ਇੱਕ ਉਹ ਫੜਕੇ ਲੈ ਕੇ ਜਾਂਦੇ ਨੇ ਤੂਫਾਨ ਸਿੰਘ ਨੂੰ ਤੇ ਤੂਫਾਨ ਸਿੰਘ ਨੂੰ ਪੁੱਛਦੇ ਨੇ ਕਿ ਵੀ ਤੂੰ ਕੀ ਲੱਭਦਾ ਫਿਰਦਾ ਹੈ ਤੇ ਉਹ ਡੀਐਸਪੀ ਨੂੰ ਕਹਿੰਦਾ ਕਿ ਡੀਐਸਪੀ ਉਹਦੇ ਸਿਰ ਤੇ ਜੂੜਾ ਕੀਤਾ ਹੁੰਦਾ ਤਾਂ ਪਰਪਗ ਨਹੀਂ ਹੁੰਦੀ ਤੇ ਉਹਨੂੰ ਅਤੰਕਵਾਦੀ ਸਮਝ ਕੇ ਤੇ ਉਹਦੀ ਪੱਗ ਜਿਹੜੀ ਉਹਦੇ ਸਿਰ ਤੋਂ ਲਾ ਲਿੱਤੀ ਜਾਂਦੀ ਹੈ ਤੇ ਉਹਨੇ ਡੀਐਸਪੀ ਨੇ ਪੁੱਛਿਆ ਤੂੰ ਕੀ ਲੱਭਦਾ ਫਿਰਦਾ ਹੈ ਤੇ ਉਹਨੇ ਕਿਹਾ ਕਿ ਮੈਂ ਇੱਕ ਪੰਜਾਬੀ ਆਂ ਔਰ ਮੈਂ ਆਪਣੇ ਸਿਰ ਦੀ ਪੱਗ ਲੱਭਦਾ ਫਿਰਨਾ ਮੀਨ ਕਿ ਪੰਜਾਬੀਆਂ ਦੇ ਸਿਰ ਤੋਂ ਜਿਹੜੀ ਉਹ ਪੱਗ ਲਾਈ ਗਈ ਹੈ ਉਹ ਪੱਗ ਲਾ ਕੇ ਤੇ ਦਰਵਾਜ਼ੇ ਖੋਲਣ ਵਾਲੇ ਜਾਂ ਜੱਜਾਂ ਦੇ ਨਾਲ ਖਲੋਤੇ ਹੋਏ ਐਲਮਤ ਜਿਹੜੇ ਉਹਨਾਂ ਦੇ ਸਿਰਾਂ ਦੇ ਉੱਤੇ ਜਾਂ 5 ਸਟਾਰ ਹੋਟਲਸ ਦੇ ਗੇਟ ਖੋਲਣ ਵਾਲਿਆਂ ਦੇ ਸਿਰ ਦੇ ਉੱਤੇ ਉਹ ਪੱਗ ਪਵਾ ਦਿੱਤੀ ਗਈ ਜਿਹੜੀ ਕਿ ਉੱਚੇ ਸ਼ਿਮਲੇ ਕਦੀ ਪੰਜਾਬ ਦੀ ਸ਼ਾਨ ਹੁੰਦੇ ਸੀ ਕਦੀ ਉਹ ਪੰਜਾਬੀ ਦਸਤਾਰਾਂ ਜਿਹੜੀਆਂ ਸੀ ਚੁਦਰਾਹੜ ਦੀ ਅਲਮਤ ਹੁੰਦੀਆਂ ਸਨ ਸਰਦਾਰੀ ਦੀਆਂ ਅਲਮਤਾਂ ਹੁੰਦੀਆਂ ਸਨ ਉਹਨੂੰ ਲੋਕਾਂ ਨੂੰ ਇਹ ਕਹਿ ਕੇ ਕਿ ਵੀ ਤੁਹਾਡਾ ਕੁੜਤਾ ਚਾਦਰਾਂ ਔਰ ਸਿਰ ਦੀ ਜਿਹੜੀ ਪੱਗ ਹੈ ਇਹ ਤੇ ਜਾਹਲਾਂ ਦੀ ਡਰੈਸਿੰਗ ਹੈ ਬੋਲੀ ਕੋਈ ਬੋਲੇ ਪੰਜਾਬ ਦੀ ਤੇ ਤਾਂ ਉਹਨੂੰ ਕਿਹਾ ਜਾਂਦਾ ਕਿ ਤੂੰ ਇੱਕ ਜਾਹਲ ਆਦਮੀ ਹੈ ਤੂੰ ਜਾਹਲਾਂ ਦੀ ਬੋਲੀ ਬੋਲਦਾ ਤੇ 38 ਡਾਇਲੌਗ ਸ਼ਾਇਦ ਦੁਨੀਆ ਦੇ ਵਿੱਚ ਕਿਸੇ ਵੀ ਜ਼ਬਾਨ ਦੇ ਵਿੱਚ ਇੰਨੀ ਵੇਰੀਏਸ਼ਨ ਹੋਵੇ ਡਾਇਲੈਕਸ ਦੇ ਵਿੱਚ ਜਿੰਨੀ ਕਿ ਪੰਜਾਬੀ ਦੇ ਅੰਦਰ ਹੈ ਕਿੱਥੋਂ ਤੁਸੀਂ ਕਹਿ ਲਓ ਚੰਬਿਆਲੀ ਕਿੱਥੋਂ ਦੁਆਬੀ ਮਾਜੀ ਰੰਗੜੀ ਰਾਜਸਤਾਨੀ ਔਰ ਡੇਰਾ ਵਾਲੀ ਮਲਤਾਨੀ ਔਰ ਉਸ ਤੋਂ ਬਾਅਦ ਚੰਗਵੀ ਥਲੋਚੀ ਚਨਾਵੀ اور ਪਠੋਹਾਰੀ اور ਫਿਰ ਉਸ ਤੋਂ ਬਾਅਦ ਹਿੰਦ ਕੋ ਤੇ ਨਾਲ ਹੀ ਨਾਲ ਕਹਿ ਲਵੋ ਤੁਸੀਂ ਕਿ ਅਗਲੇ ਇਸ ਵਸੇ ਆ ਜਾਂਦੇ ਹੋ ਤੁਸੀਂ ਚੰਗਵੀ ਤੋਂ ਬਾਅਦ ਜਿਹੜੀ ਰਚਨਾਵੀ ਹੈ ਤੇ ਇਹ ਸਾਰੇ ਡਾਇਲੈਕਸ ਅਗਰ ਤੁਸੀਂ ਦੇਖੋ ਤਾਂ ਦੁਨੀਆ ਦੇ ਵਿੱਚ ਐਡੀ ਵੱਡੀ ਜ਼ੁਬਾਨ ਕੋਈ ਨਹੀਂ ਹੈਗੀ ਠੀਕ ਹੈ ਜੀ ਪੰਜਵੇਂ ਨੰਬਰ ਤੇ ਆਉਣ ਵਾਲੀ ਪੰਜਾਬੀ ਜ਼ੁਬਾਨ ਪੰਜਾਬੀਆਂ ਤੋਂ ਖੋਹ ਲਈਤੀ ਗਈ ਹੈ ਪੰਜਾਬੀਆਂ ਤੋਂ ਪੰਜਾਬੀਆਂ ਦੇ ਸਿਰ ਦੀ ਸਰਦਾਰੀ ਖੋਹ ਲਈਤੀ ਗਈ ਹੈ ਤਾਂ ਪੰਜਾਬ ਔਰ ਪੰਜਾਬੀਆ ਦੀ ਹੀ ਵੰਡ ਕਿਉਂ ਬਾਰ-ਬਾਰ ਹੋ ਰਹੀ ਹੈ ਪੰਜ ਵੰਡਾਂ ਪੰਜਾਬ ਦੀਆਂ ਹੋ ਚੁੱਕੀਆਂ ਨੇ ਹੁਣ ਤੱਕ 1801 ਦੇ ਵਿੱਚ ਸਭ ਤੋਂ ਪਹਿਲੀ ਵੰਡ ਹੁੰਦੀ ਹੈ ਜਦੋਂ ਕਿ ਕੇਪੀਕੇ ਪ੍ਰੋਵਿੰਸ ਜਿਹਨੂੰ ਕਿ ਸਰਹੱਦ ਕਹਿ ਕੇ ਪੰਜਾਬ ਤੋਂ ਅੱਡ ਕੀਤਾ ਜਾਂਦਾ ਜਿਹਦੇ ਚ ਹਜ਼ਾਰਾ ਡਿਵੀਜ਼ਨ ਪੇਸ਼ਾਵਰ ਔਰ ਅਟਕਦੋ ਉਤਲੇ ਏਰੀਏ ਜਣੇ ਨੇ ਉਹ ਸਰਹੱਦ ਦੇ ਵਿੱਚ ਵੰਡ ਕੇ ਪੰਜਾਬ ਤੋਂ ਕੱਟ ਦਿੱਤੇ ਜਾਂਦੇ ਨੇ ਦੂਸਰੀ ਵੰਡ ਹੁੰਦੀ ਹੈ ਕਦੋਂ 1947 ਦੇ ਵਿੱਚ ਈਸਟ ਟੂ ਰੀਵੈਸਟ ਕਰ ਦਿੱਤਾ ਜਾਂਦਾ ਔਰ ਉਸ ਤੋਂ ਵੀ ਪਹਿਲੇ ਦਿੱਲੀ ਕਰਨਾਲ ਨੂੰ ਪੰਜਾਬ ਨਾਲੋਂ ਕੱਟਿਆ ਜਾਂਦਾ ਫਿਰ ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਦੀ ਵੰਡ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਪੰਜਾਬ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ ਜਾਂਦਾ ਹੈ ਕਿ ਹਿਮਾਚਲ ਹਰਿਆਣਾ ਔਰ ਪੰਜਾਬ ਯਾਨੀ ਕਿ ਤਿੰਨ ਟੋਟੇ ਹੋ ਗਏ ਉਧਰ ਦੋ ਟੋਟੇ ਇਧਰ ਹੋ ਗਏ ਪੰਜਾਬ ਨੂੰ ਪੰਜ ਵਾਰੀ ਵੰਡ ਕੇ ਜ਼ਾਲਮ ਸਰਕਾਰਾਂ ਦਾ ਦਿਲ ਨਹੀਂ ਭਰਿਆ ਤਾਂ ਹੁਣ ਹੋਰ ਵੀ ਪੰਜਾਬ ਦੇ ਬੰਡਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਵੰਡ ਹੁਣ ਪੰਜਾਬੀ ਹੋਣ ਨਹੀਂ ਦੇਣਗੇ ਪੰਜਾਬ ਦੀ ਹੋਣ ਵਾਲੀ ਵੰਡ ਜਿਹੜੀ ਆ ਉਹ ਨਾਮਨਜ਼ੂਰ ਹੈ ਔਰ ਯੂਨੈਸਕੋ ਨੇ ਜਦੋਂ ਮਤਾ ਪਾਸ ਕੀਤਾ ਹੈ ਔਰ ਸੁਪਰੀਮ ਕੋਰਟ ਆਫ ਪਾਕਿਸਤਾਨ ਔਰ ਹਾਈ ਕੋਰਟ ਆਫ ਪੰਜਾਬ ਨੇ ਮਤਾ ਪਾਸ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਸਕੂਲ ਹਨ ਉਹਨਾਂ ਦੀ ਮੁਢਲੀ ਤਾਲੀਮ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਦਿੱਤੀ ਜਾਵੇ ਔਰ ਹਰ ਪੰਜਾਬੀ ਦਾ ਰਾਈਟ ਹੈ ਯਾ ਹਰ ਉਸ ਬੱਚੇ ਦਾ ਰਾਈਟ ਹੈ ਜਿਹੜਾ ਜਿਸ ਮਾਂ ਬੋਲੀ ਦੇ ਵਿੱਚ ਪੈਦਾ ਹੋਇਆ ਉਹ ਉਸੇ ਦੇ ਵਿੱਚ ਆਪਣੀ ਬੇਸਿਕ ਐਜੂਕੇਸ਼ਨ ਜਿਹੜੀ ਹੈ ਉਹਨੂੰ ਪੂਰੀ ਕਰੇਗਾ ਤਾਂ ਸਲਾਮ ਹੈ ਉਹਨਾਂ ਲੋਕਾਂ ਨੂੰ ਜਿਹੜੇ ਪਿਛਲੇ 5 ਤੋਂ 30 ਵੇਰੇ ਹੋ ਗਏ ਨੇ ਪੰਜਾਬੀਅਤ ਵਾਸਤੇ ਲੜਾਈ ਕਰ ਰਹੇ ਨੇ ਔਰ ਪੰਜਾਬੀ ਕਲਚਰ ਡੇ ਔਰ ਪੰਜਾਬੀ ਲੈਂਗੁਏਜ ਡੇ ਦੇ ਉੱਤੇ ਇੱਕ ਵਾਰੀ ਮੇਰਾ ਉਹਨਾਂ ਨੂੰ ਰਾਏ ਅਹਿਮਦ ਖਾਨ ਖਲ ਔਰ ਦੁੱਲੇ ਪੱਟੀ ਵਰਗੇ ਤੋਂ ਬਾਅਦ ਜਿਹੜੇ ਸੂਰਮੇ ਜਿਨ੍ਹਾਂ ਨੇ ਆਵਾਜ਼ ਪੰਜਾਬੀ ਵਾਸਤੇ ਚੁੱਕੀ ਹੈ ਕਿਉਂਕਿ ਯਤੀਮ ਪੰਜਾਬ ਮਸਕੀਨ ਪੰਜਾਬ ਜਿਹਦਾ ਕੋਈ ਵਾਰੀ ਵਾਰਸ ਨਾ ਬਣਿਆ ਠੀਕ ਹੈ ਜੀ ਪੋਰਸ ਤੋਂ ਬਾਅਦ ਤਿਰੰਜੀਤ ਸਿੰਘ ਤੋਂ ਬਾਅਦ ਮਾਂ ਨੇ ਕੋਈ ਪੁੱਤਰ ਐਸਾ ਨਹੀਂ ਜੰਮਿਆ ਕਿ ਜਿਨਨੇ ਵੱਡੇ ਪੰਜਾਬ ਦੇ ਉੱਤੇ ਹਕਮਰਾਨੀ ਵੀ ਕੀਤੀ ਹੋਵੇ ਤੇ ਪੰਜਾਬੀ ਆਤ ਨੂੰ ਬਚਾ ਕੇ ਵੀ ਰੱਖਿਆ ਹੋਵੇ ਜਿਨ੍ਹਾਂ ਨੇ ਲਿਟਰੇਸੀ ਰੇਟ 87.8 ਤੱਕ ਲੈ ਕੇ ਗਏ ਹੁਣ ਜਿਨ੍ਹਾਂ ਨੇ ਕਾਇਦਾ ਨੂਰ ਲਿਖਿਆ ਹੋਵੇ ਫਾਰਸੀ ਦੇ ਵਿੱਚ ਔਰ ਹਰ ਬੱਚੇ ਦੇ ਉੱਤੇ ਲਾਗੂ ਕੀਤਾ ਗਿਆ ਹੋਇਆ ਕਿ ਬੱਚਾ ਪੰਜਾਬ ਦਾ ਪੜਿਆ ਲਿਖਿਆ ਹੋਣਾ ਚਾਹੀਦਾ ਹੈ 1801 ਦੇ ਵਿੱਚ ਜਿਹੜੇ ਲੋਕ ਕਹਿੰਦੇ ਨੇ ਕਿ ਵੀ ਪੰਜਾਬ ਦੇ ਵਿੱਚ ਲਿਟਰੇਸੀ ਰੇਟ ਇਦਾਂ ਸੀ ਲਿਟਰੇਸੀ ਰੇਟ ਹੁੰਦਾ ਸੀ 1801 ਦੇ ਵਿੱਚ ਔਰ 1806 ਦੇ ਵਿੱਚ 1806 ਦੇ ਵਿੱਚ ਗੁਜਰਾਵਾਲਾ ਦੇ ਵਿੱਚ ਜੀਟੀ ਰੋਡ ਦੇ ਉੱਤੇ ਇੱਕ ਰਾਈਟ ਸਾਈਡ ਤੇ ਗਵਰਨਮੈਂਟ ਸਕੈਂਡਰੀ ਹਾਈ ਸਕੂਲ ਹੈ ਜਿੰਨੂ ਕੇ ਹਾਈ ਸਕੈਂਡਰੀ ਸਕੂਲ ਕਿਹਾ ਜਾਂਦਾ ਹੈ ਅਗਰ ਉਦੀ ਜਾ ਕੇ ਹਿਸਟਰੀ ਚੁੱਕ ਕੇ ਦੇਖੋ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ 1801 ਦੇ ਵਿੱਚ ਲਾਹੌਰ ਦੇ ਅੰਦਰ ਆਪਣਾ ਰਾਜ ਕਾਇਮ ਕੀਤਾ ਤੇ ਪਹਿਲਾ ਖਾਲਸਾ ਸਕੂਲ ਔਰ ਪਹਿਲਾ ਐਗਰੀਕਲਚਰ ਸਕੂਲ ਵੀਰ ਅਗਰੀਅਨ ਸੁਸਾਇਟੀ 80 ਐਗਰੀਕਲਚਰ ਨਾ ਵਿਵਸਥਾਆਂ ਜ਼ਰਾਤ ਨਾ ਵਿਵਸਥਾ ਲੋਕਾਂ ਪੰਜਾਬ ਦੇ ਤੇ ਸਾਡੇ ਵਾਸਤੇ ਪਹਿਲਾ ਪੰਜਾਬੀ ਸਕੂਲ 1801 ਚ ਬਣਿਆ ਦੁਨੀਆਈ ਤਾਰੀਖ ਦੇ ਵਿੱਚ ਪਹਿਲਾ ਪੰਜਾਬੀ ਸਕੂਲ ਜਿਹੜਾ 1801 ਦੇ ਵਿੱਚ ਸੌਰੀ 1806 ਦੇ ਵਿੱਚ ਕੌਣ ਕੰਮ ਕਰਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਦੇ ਬਾਰੇ ਇਹਦੇ ਵਿੱਚ ਕੋਈ ਚਰਚਾ ਨਹੀਂ ਕੀਤੀ ਗਈ ਜਿਹਦੇ ਬਾਰੇ ਚ ਕਦੀ ਨਹੀਂ ਦੱਸਿਆ ਗਿਆ 750 ਸਾਲ ਹਕੂਮਤ ਰਹੀ ਸਾਡੀ ਮੁਸਲਮਾਨਾਂ ਦੀ ਪਰ ਉਹਦੇ ਦੌਰਾਨ ਕੋਈ ਵੀ ਆਰਗੇਨਾਈਜ਼ ਸਕੂਲ ਕੋਈ ਆਰਗੇਨਾਈਜ਼ ਮਦਰਸਾ ਜਿਹਦਾ ਤਾਰੀਖ ਦੇ ਵਿੱਚ ਬਿਲਕੁਲ ਕੋਈ ਵੀ ਨਾਮ ਨਹੀਂ ਆਉਂਦਾ ਥਰੂਆਊਟ ਅਗਰ ਤੁਸੀਂ ਦੇਖੋ ਸਾਊਥ ਤੋਂ ਲੈ ਕੇ ਵੈਸਟ ਤੱਕ ਵੈਸਟ ਤੋਂ ਲੈ ਕੇ ਨਾਰਥ ਤੱਕ ਔਰ 1801 ਵਿੱਚ ਪਹਿਲਾ ਸਾਨੂੰ ਫਾਰਮਲ ਸਕੂਲ ਮਿਲਦਾ ਔਰ ਉਸ ਸਕੂਲ ਦੀ ਪਹਿਚਾਨ ਔਰ ਉਸ ਸਕੂਲ ਤੋਂ ਤੁਸੀਂ ਅੱਗੇ ਅੱਗੇ ਚੱਲ ਕੇ ਦੇਖੋ ਤੇ 87% ਗੋਰਾ ਆਪਣੇ ਮੂੰਹ ਕਹਿੰਦਾ ਹੈ ਕਿ ਸਾਡਾ ਆਪਣਾ ਵੀ ਲਿਟਰੇਸੀ ਰੇਟ ਇੰਨਾ ਸਟਰੋਂਗ ਨਹੀਂ ਸੀ ਜਿੰਨਾ ਕਿ ਪੰਜਾਬ ਦਾ ਸੀ ਉਸ ਵੇਲੇ 6 ਜਰਨਲ ਤੇ 3 ਕਰਨਲ ਜਿਹੜੇ ਨੇ ਯੂਰਪ ਚੋਂ ਆ ਕੇ ਪੰਜਾਬ ਦੇ ਵਿੱਚ ਲਾਹੌਰ ਦਰਬਾਰ ਦੇ ਅੰਡਰ ਆ ਕੇ ਨੌਕਰੀ ਕਰਦੇ ਸਨ ਪੰਜਾਬੀਆਂ ਦੀ ਸ਼ਾਨ ਕੋਈ ਛੋਟੀ ਜਿਹੀ ਸ਼ਾਨ ਨਹੀਂ ਹੈ ਪੰਜਾਬੀਆਂ ਦੀ ਸ਼ਾਨ ਬਹੁਤ ਉੱਚੀ ਹੈ ਕਿ ਗੋਰੇ ਸਾਡੇ ਘਰ ਆ ਕੇ ਨੌਕਰੀਆਂ ਕਰਦੇ ਰਹੇ ਅੱਜ ਉਹ ਗੋਰੀਏ ਗੋਰੇ ਜਿਹੜੇ ਕਿ ਸਾਨੂੰ ਦੱਸਦੇ ਨੇ ਐਜੂਕੇਸ਼ਨ ਪਾਲਿਸਿਸ ਨੂੰ ਅਗਰ ਤੁਸੀਂ ਯੂਕੇ ਦੀ ਐਜੂਕੇਸ਼ਨ ਪਾਲਿਸੀ ਜਾ ਕੇ ਚੈੱਕ ਕਰੋ ਤੇ ਉਸ ਵੇਲੇ ਜਦੋਂ ਕੈਦਾ ਨੂਰ ਸਾੜਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਹੋਇਆ ਫਾਰਸੀ ਦੇ ਵਿੱਚ ਗੁਰਮੁਖੀ ਚ ਨਹੀਂ ਸੀ ਹਿੰਦੀ ਦੇ ਵਿੱਚ ਨਹੀਂ ਸੀ ਇੰਗਲਿਸ਼ ਚ ਨਹੀਂ ਸੀ ਇਥੇ ਦੀ ਜ਼ੁਬਾਨ ਫਾਰਸੀ ਸੀ ਉਸ ਵੇਲੇ ਤੇ ਫਾਰਸੀ ਜ਼ੁਬਾਨ ਦੇ ਵਿੱਚ 87% ਲਿਟਰੇਸੀ ਰੇਟ ਦੋਵਾਂ ਪੰਜਾਬਾਂ ਨੂੰ ਅੱਜ ਮਿਲਾ ਲਓ ਤੇ ਲਿਟਰੇਸੀ ਰੇਟ 87% ਨਹੀਂ ਬਣਦਾ 88% ਦੇ ਬਿਲਕੁਲ ਕਰੀਬ ਹੈ 1849 ਦੇ ਵਿੱਚ ਅਕਤੂਬਰ ਦੇ ਵਿੱਚ ਜਾ ਕੇ ਜਦੋਂ ਕਾਇਦਾ 2.5 ਲੱਖ ਸਾੜਿਆ ਗਿਆ ਕਹਿੰਦੇ 50 ਫੁੱਟ ਦਾ ਉੱਚਾ ਢੇਰ ਸੀ ਗੋਰੇ ਨੇ ਆਪਣੇ ਵੱਧੋਂ ਮਾਫੀ ਵੀ ਮੰਗੀ ਹੈ ਜਦੋਂ ਉਹ 80 ਮਿਲੀਅਨ ਨਾਨਕ ਸ਼ਾਹੀ ਰੁਪਈਆ ਲਾਹੌਰ ਦੀ ਟ੍ਰੇਜਰੀ ਦੇ ਵਿੱਚੋਂ ਲਾਹੌਰ ਦਰਬਾਰ ਚੋਂ ਚੋਰੀ ਕਰਕੇ ਲੈ ਕੇ ਜਾਂਦਾ ਅੱਜ ਉਹ ਚੋਰ ਅੱਜ ਉਹ ਲੋਕ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕਿ ਅਸੀਂ ਵੀ ਆਰ ਅ ਵੈਰੀ ਹਾਈਲੀ ਐਜੂਕੇਟਿਡ ਸਾਨੂੰ ਤਾਂ ਮੈਨਰਸ ਨਹੀਂ ਇਹਨਾਂ ਲੋਕਾਂ ਨੂੰ ਰਹਿਣਾ ਸੈਣਾ ਨਹੀਂ ਪਤਾ ਇਹਨਾਂ ਲੋਕਾਂ ਨੂੰ ਬਹਿਣਾ ਨਹੀਂ ਪਤਾ ਉਹ ਸਾਡੀ ਟ੍ਰੇਜਰੀ ਚੋਰੀ ਕਰਕੇ ਲੈ ਕੇ ਗਏ ਸਾਡਾ 골ਡ ਦਾ ਥਰੋਨ ਸਾਡਾ ਕੋਹੇ ਨੂਰ ਉਹਨਾਂ ਕੋਲ ਹੈ ਅੱਜ ਉਹ ਸਾਨੂੰ ਲਿਵਿੰਗ ਸਿਖਾ ਰਹੇ ਆ ਅੱਜ ਉਹ ਸਾਨੂੰ ਐਜੂਕੇਸ਼ਨ ਦੇ ਪੈਟਰਨ ਦੱਸ ਰਹੇ ਨੇ ਜਿਨ੍ਹਾਂ ਨੇ ਸਾਡੇ ਕੈਦੇ ਸਾਡੇ ਜਿਨ੍ਹਾਂ ਨੇ ਸਾਡੇ ਲਿਟਰੇਸੀ ਰੇਟ ਨੂੰ ਫਾਲੋ ਕੀਤਾ ਜਿਨ੍ਹਾਂ ਨੇ ਸਾਡੀਆਂ ਟ੍ਰੈਜਰੀ ਨੂੰ ਲੈ ਕੇ ਤੇ ਆਪਣੇ ਆਪ ਨੂੰ ਸਟਰੋਂਗ ਕੀਤਾ ਔਰ 1015 ਤੇ ਸਿਰਫ ਮਹਾਰਾਜ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਲਾਹੌਰ ਕਿਲੇ ਦੇ ਵਿੱਚੋਂ ਗਿਆ ਤੇ ਸਿਰਫ ਗੱਲ ਹੈ ਕਿ ਆਪਣੇ ਆਪ ਨੂੰ ਸਮਝਣ ਦੀ ਗੱਲ ਹੈ ਕਿ ਆਪਣਾ ਆਪ ਕਿੰਨਾ ਕੋਈ ਬੰਦਾ ਆਪਣੇ ਆਪ ਨੂੰ ਸਮਝਦਾ ਹੈ ਔਰ ਆਪਣੇ ਕਲਚਰ ਨੂੰ ਸਮਝਦਾ ਹੈ ਹੈਰੀਟੇਜ ਨੂੰ ਸਮਝਦਾ ਹੈ ਆਉਣ ਵਾਲੀ ਪੀੜ੍ਹੀ ਨੂੰ ਤਾਂ ਹੀ ਤੁਹਾਨੂੰ ਅਗਲਾ ਤੁਸੀਂ ਆਪਣਾ ਜਿਹੜਾ ਹੈ ਉਹ ਦੁਰਸਤ ਕਰ पाओगे ਜਾਂ ਠੀਕ ਕਰ पाओगे ਜੇ ਤੁਸੀਂ ਆਪਣਾ ਪਿਸ਼ੋਕੜ ਦੇਖੋਗੇ ਨੇ ਤਾਂ ਫਿਰ ਕਹਿੰਦੇ ਨਾ ਕਿ ਅੱਗਾ ਤੋੜ ਤੇ ਪਿਛਾ ਛੋੜ ਤੇ ਕੱਵਾ ਚਲਾ ਹੰਸਕੀ ਚਾਲ ਤੇ ਆਪਣੀ ਚਾਲ ਬੁਲਾ ਬੈਠਾ ਤੇ ਅੱਧਾ ਤਿੱਤਰ ਅੱਧਾ ਬਟੇਰ ਸਾਡੇ ਨਾਲ ਹੋਇਆ ਉਹ ਤੇ ਨਾ ਹੁਣ ਅਸੀਂ ਰਹੇ ਪੰਜਾਬੀ ਨਾ ਸੀ ਰਹੇ ਉਰਦੂ ਤੇ ਨਾ ਰਹੇ ਅਸੀਂ ਇੰਗਲਿਸ਼ ਠੀਕ ਹੈ ਜੀ ਜਮ ਦੇ ਨਾਲ ਅੱਜ ਵੀ ਸਵੇਰੇ ਗੱਲ ਕੀਤੀ ਸੀ ਮੈਂ ਕਿ ਜਦੋਂ ਬੱਚਾ ਜੰਮਦਾ ਹੈ ਮੈਂ ਆਪਣੇ ਪਾਕਿਸਤਾਨੀ ਪੰਜਾਬ ਦੀ ਗੱਲ ਕਰ ਰਿਹਾ ਮジョਰਿਟੀ ਇਸ ਅ ਮੁਸਲਮਾਨ ਦੀ ਗੱਲ ਕਰ ਰਿਹਾ ਕਿ ਜਦੋਂ ਅੱਖ ਖੁੱਲਦੀ ਹੈ ਤੇ ਬੱਚੇ ਨੂੰ ਕੰਨ ਦੇ ਵਿੱਚ ਅਜ਼ਾਨ ਦੇ ਕੇ ਕਿਹਾ ਜਾਂਦਾ ਕਿ ਤੂੰ ਮੁਸਲਮਾਨ ਹੈਂ ਉਸ ਤੋਂ ਬਾਅਦ 5 ਸਾਲ ਤੱਕ ਮਾਂ ਜਿਹੜੀ ਲੋਰੀਆਂ ਸੁਣਾਉਂਦੀ ਹੈ ਅਲੜ-ਬਲੜ ਬਾਵੇ ਦਾ ਸੁਣਾਉਂਦੀ ਹੈ ਪੰਜਾਬੀ ਚ ਹੀ ਹੁੰਦੀ ਹੈ ਉਹ ਮੇਰਾ ਕਾਕਾ ਮੇਰਾ ਸ਼ੋਨਾ ਮੇਰਾ ਮਨਮੋਨਾ ਉਹ ਸਾਰਾ ਜਿਹੜਾ ਕਿਤੇ ਨਾ ਫਾਰਸੀ ਚ ਹੁੰਦਾ ਨਾ ਅਰਬੀ ਚ ਹੁੰਦਾ ਨਾ ਹੀ ਇੰਗਲਿਸ਼ ਚ ਹੁੰਦਾ ਤੇ 5 ਸਾਲ ਤੱਕ ਬੱਚਾ ਮਾਂ ਦੀ ਬੋਲੀ ਨੂੰ ਸਮਝ ਕੇ ਵੱਡਾ ਹੁੰਦਾ ਲੇਕਿਨ ਜਦੋਂ 5 ਸਾਲ ਉਹਦੇ ਪੂਰੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨੂੰ ਜ਼ਬਰਦਸਤੀ ਜਿਹੜਾ ਉਹਨੂੰ ਕਿਹਾ ਜਾਂਦਾ ਤੂੰ ਐਲੀ ਬੋਲੀ ਸਿੱਖ ਤੂੰ ਐਲੀ ਬੋਲੀ ਸਿੱਖ ਸਕੂਲੇ ਜਾਂਦਾ ਤੇ ਉਹਦੇ ਤੇ ਇੰਗਲਿਸ਼ ਤੇ ਜ਼ੋਰ ਹੁੰਦਾ ਔਰ ਉਰਦੂ ਤੇ ਜ਼ੋਰ ਹੁੰਦਾ ਉਹਨੂੰ ਬਿਲਕੁਲ ਪਸੰਦ ਨਹੀਂ ਹੁੰਦੀ ਕਿਉਂਕਿ ਉਹਨੇ ਮਾਂ ਦੀ ਗੋਦੀ ਚ ਕੀ ਸਿੱਖਿਆ ਪੰਜਾਬੀ ਠੀਕ ਹੈ ਜੀ ਜੋ ਮਤਰੀਤੇ ਜਾਂਦਾ ਤੇ ਉਹਨੂੰ ਜਿਹੜਾ ਪਹਿਲੇ ਉਹਨੇ ਅਲਿਫਬੇ ਪੜਿਆ ਹੁੰਦਾ ਉਹਨੂੰ ਅਲਿਫਬਾ ਦੱਸਿਆ ਜਾਂਦਾ ਉਹ ਵਿਚਾਰਾ ਏ ਬੀ ਸੀ ਅਲਿਫਬਾ ਔਰ ਅਲਿਫਬੇ ਇਹ ਤਿੰਨੇ ਲੈਂਗੁਏਜਸ ਦੇ ਦਰਮਿਆਨ ਹੀ ਬੱਚਾ ਫਸ ਜਾਂਦਾ ਤੇ ਇਹੀ ਗੱਲ ਹੈ ਜਿਹੜੀ ਯੂਨੈਸਕੋ ਦਾ ਮੁੱਦਾ ਔਰ ਯੂਨ ਦਾ ਜਿਹੜਾ ਮਤ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਵੀ ਬੱਚੇ ਨੂੰ ਉਹਦੀ ਬੇਸਿਕ ਐਜੂਕੇਸ਼ਨ ਜਿਹੜੀ ਹੈ ਉਹਦੀ ਮਾਂ ਬੋਲੀ ਦੇ ਵਿੱਚ ਦੇਣੀ ਚਾਹੀਦੀ ਹੈ। ਅਗਰ ਬਲੋਚੀ ਬੱਚਾ ਬਲੋਚਿਸਤਾਨ ਦੇ ਵਿੱਚ ਪ੍ਰਾਇਮਰੀ ਤੱਕ ਬਲੋਚੀ ਪੜ੍ਹ ਸਕਦਾ ਹੈ। ਅਗਰ ਸਿੰਧੀ ਬੱਚਾ ਸਿੰਧੀ ਜ਼ੁਬਾਨ ਦੇ ਵਿੱਚ ਪਹਿਲੀ ਮੁਢਲੀ ਤਨੀਮ ਹਾਸਲ ਕਰ ਸਕਦਾ ਹੈ। ਕੇਪੀਕੇ ਦਾ ਬੱਚਾ ਜਿਹੜਾ ਹੈ ਉਹ ਪਸ਼ਤੂ ਦੇ ਵਿੱਚ ਆਪਣੀ अर्ਲੀ ਐਜੂਕੇਸ਼ਨ ਹਾਸਲ ਕਰ ਸਕਦਾ ਹੈ। ਤੇ ਯਤੀਮ, ਮਸਕੀਨ ਪੰਜਾਬ ਜਿਹੜਾ ਹੈ ਜਿਹਦੀ ਸਭ ਤੋਂ ਵੱਡੀ ਆਬਾਦੀ ਹੈ ਮੋਰ ਥੈਨ 63% ਆਫ ਪਾਕਿਸਤਾਨ 63% ਕਹਿ ਲਵੋਗੇ ਤੁਸੀਂ ਪਾਕਿਸਤਾਨ ਦੀ ਜਿਹੜੀ ਆਬਾਦੀ ਹੈ। ਉਹ ਆਪਣੀ ਮਾਂ ਬੁੱਲੀ ਤੋਂ ਮਰਹੂਮ ਹੈ ਉਹਨੂੰ ਪੜਨ ਲਈ ਨਹੀਂ ਕਿਹਾ ਜਾਂਦਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਨਿਸ਼ਮੈਂਟ ਕੀਤੀ ਜਾਂਦੀ ਹੈ ਬਟ ਜਿੰਨਾ ਸਕੂਲਾਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਸਾਰੀ ਜਗ੍ਹਾ ਤੇ ਗਿਆ ਹਾਂ ਜਿੰਨਾ ਸਕੂਲਾਂ ਦੇ ਵਿੱਚ ਟੀਚਰ ਜਿਹੜੇ ਇਹਨੇ ਬੱਚਿਆਂ ਨੂੰ ਸੇਮ ਟਾਈਮ ਔਰ ਉਰਦੂ ਔਰ ਪੰਜਾਬੀ ਦੇ ਵਿੱਚ ਟੀਚਿੰਗ ਕਰਦੇ ਨੇ ਉਹ ਬੱਚੇ ਜ਼ਿਆਦਾ ਲਾਇਕ ਹਨ ਉਹਨਾਂ ਬੱਚਿਆਂ ਤੋਂ ਜਿਹੜੇ ਬੱਚਿਆਂ ਦੇ ਉੱਤੇ ਫੋਰਸਫੁਲੀ ਤੁਸੀਂ ਇੰਗਲਿਸ਼ ਔਰ ਉਰਦੂ ਲਾਗੂ ਕਰਦੇ ਹੋ ਤਾਂ ਸੋ ਗੱਲ ਹੋ ਰਹੀ ਸੀ ਪੰਜਾਬੀ ਔਰ ਪੰਜਾਬੀਅਤ ਦੇ ਮਤਲਬਕ ਐਨੀ ਲੰਬੀ ਡਿਕਟੇਸ਼ਨ ਕਰਨ ਦਾ ਮਤਲਬ ਹੈ ਸੀ ਕਿ ਜੀਤਿਮ ਮਸਕੀਨ ਪੰਜਾਬ ਨੂੰ ਪੰਜਾਬ ਦੀ ਬੋਲੀ ਪੰਜਾਬ ਦਾ ਕਲਚਰ ਪੰਜਾਬ ਦਾ ਹੈਰੀਟੇਜ ਜਿਹੜਾ ਉਹ ਵਾਪਸ ਕੀਤਾ ਜਾਏ ਸਾਡੇ ਪਿੰਡ ਦੇ ਬੋੜ ਵੱਢ ਕੇ ਉਹਨਾਂ ਦੀਆਂ ਛਾਵਾਂ ਖਤਮ ਕਰਕੇ ਉਹ ਜਿਹੜੇ ਰਲ ਕੇ ਬੈਠਦੇ ਸੀ ਉਹਨਾਂ ਨੂੰ ਖਤਮ ਕਰਕੇ ਤੇ ਜਿਹੜੀ ਲੱਸੀ ਪੀਂਦੇ ਸਨ ਜਿਹੜੇ ਮੱਖਣ ਖਾਂਦੇ ਸਨ ਜਿਨ੍ਹਾਂ ਦਾ ਵਿਰਾਸਤ ਦੁੱਧ ਸੀ ਉਹਨਾਂ ਨੂੰ ਚਾਹ ਦੀ ਪੱਤੀ ਦੇ ਕੇ ਠੀਕ ਹੈ ਦੋ ਪਿਆਲੀ ਇੱਕ ਸਵੇਰੇ ਪੀਓ ਤੇ ਸ਼ਾਮ ਨੂੰ ਤਾਂ ਤੁਸੀਂ ਚੁਸਤ ਰਹੋਗੇ ਖੁਸ਼ਹਾਲ ਰਹੋਗੇ ਅੱਜ ਉਹੀ ਲੋਕ ਕਹਿੰਦੇ ਨੇ ਕਿ ਕੈਫੀਨ ਹੈ ਉਹਦੇ ਵਿੱਚ ਇਹਦੇ 'ਚ ਨਸ਼ਾ ਹੈ ਬਾਰ-ਬਾਰ ਉਨਾ ਹੀ ਸਿਗਰਟ ਦਾ ਜਿੰਨਾ ਚਾਹਦਾ ਤੇ ਫਿਰ ਲਾਉਣ ਵਾਲਾ ਗਲਤ ਹੋਇਆ ਜਾਂ ਲੱਗਣ ਵਾਲੇ ਗਲਤ ਹੋਏ ਜਾਂ ਜਿਨ੍ਹਾਂ ਨੂੰ ਲਾਇਆ ਜਾ ਰਿਹਾ ਉਹ ਗਲਤ ਨੇ ਲਿਹਾਜ਼ਾ ਤੇ ਮੇਰੇ ਮੇਰੇ ਮਿੱਠੇ ਮਿੱਠੇ ਤੇਰੇ ਤੇਰੇ ਕੋੜੇ ਥੂ ਉਹ ਵਾਲੀ ਗੱਲ ਆ ਗਈ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ ਤੇ ਗੱਲ ਐ ਕਿ ਸਾਨੂੰ ਨਾ ਇਧਰ ਦਾ ਛੱਡਿਆ ਨਾ ਸਾਨੂੰ ਉਧਰ ਦਾ ਛੱਡਿਆ ਪੰਜਾਬ ਦੀ ਕਹਾਣੀ ਵੰਡ ਨੇ ਨਾ ਸਿਰਫ ਜ਼ਮੀਨਾਂ ਵੰਡੀਆਂ ਨੇ ਲੋਕ ਵੰਡੇ ਨੇ ਉੱਥੇ ਹੀ ਸਾਡਾ ਕਲਚਰ ਵੀ ਵੰਡ ਦਿੱਤਾ ਅੱਜ ਲੋਹੜੀ ਦੀ ਗੱਲ ਹੁੰਦੀ ਹੈ ਤੇ ਕਿਹਾ ਜਾਂਦਾ ਕਿ ਹਿੰਦੂਆਂ ਸਿੱਖਾਂ ਦੀ ਜਿਹੜੀ ਹੈ ਉਹ ਰੀਤ ਹੈ ਕਿਸੇ ਨੂੰ ਪਤਾ ਹੈ ਕਿ ਲੋਹੜੀ ਕਿਉਂ ਮਨਾਈ ਜਾਂਦੀ ਹੈ ਦੁੱਲਾ ਪੱਟੀ ਕੌਣ ਸੀ ਕਿਸੇ ਨੂੰ ਪਤਾ ਹੈ ਪਾਕਿਸਤਾਨ ਦੇ ਵਿੱਚ ਅਬਦੁੱਲਾ ਪੱਟੀ ਅਕਾ ਦੁੱਲਾ ਪੱਟੀ ਠੀਕ ਹੈ ਦੁੱਲੇ ਦੀ ਬਾੜ ਅਬਦੁੱਲਾ ਪੱਟੀ ਜਿਹਨੇ ਅਕਬਰ ਦੇ ਦੌਰ ਦੇ ਵਿੱਚ ਗੋ ਅਭਾਰੋਂ ਆਏ ਹੋਏ ਅਕਬਰ ਨੂੰ ਟੈਕਸ ਦੇਣ ਤੋਂ ਮਨਾਂ ਕੀਤਾ ਔਰ ਉਹਨੇ ਕਿਹਾ ਕਿ ਮੇਰੀ ਧਰਤੀ ਹੈ ਮੇਰੀ ਜ਼ਮੀਨ ਹੈ ਇੱਥੋਂ ਚੰਦ ਫਾਸਲੇ ਦੇ ਉੱਤੇ ਹੈ ਉੱਥੇ ਉਹਨੇ ਨਹੀਂ ਦਿੱਤਾ ਔਰ ਆਪਣੀ ਅਣਖ ਦੇ ਵਿੱਚ ਹੋ ਰਿਆ ਔਰ ਉਹਨੇ ساری ਜ਼ਿੰਦਗੀ ਇਨਵੇਡਰਸ ਨੂੰ ਨਹੀਂ ਮੰਨਿਆ ਤੇ ਦੁੱਲਾ ਪੱਟੀ ਹਰ ਬੰਦਾ ਪੰਜਾਬ ਦਾ ਦੁੱਲਾ ਪੱਟੀ ਹੈ ਅਬਦੁੱਲਾ ਪੱਟੀ ਹੈ ਅਗਰ ਉਹਨੇ ਦੋ Hindu ਧੀਆਂ ਨੂੰ ਵਿਆਹ ਦਿੱਤਾ ਤੇ ਉਹਦੇ ਤੇ ਜੇ ਲੋੜੀ ਬਣ ਗਈ ਜਾਂ ਉੱਥੇ ਉਹਨੇ ਗੀਤ ਗਾ ਲਏ ਕਿ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵੀ ਆਈ ਤੇ ਕੀ ਗੱਲ ਹੈ ਕਿ ਉਹ ਹਿੰਦੂਆਂ ਦੀ ਰਸਮ ਹੋ ਗਈ ਫਿਰ ਦੁੱਲਾ ਪੱਟੀ ਤੇ ਸੀ ਹਿੰਦੂ ਨਹੀਂ ਸੀ ਉਹ ਤੇ ਮੁਸਲਮਾਨ ਹੀ ਸੀ ਇਸੇ ਤਰ੍ਹਾਂ ਅਗਰ ਤੁਸੀਂ 1857 1857 ਦੀ ਜੰਗੇਜ਼ਾਦੀ ਦੀ ਗੱਲ ਕਰੋ ਤੇ ਉਸ ਵੇਲੇ ਵੀ ਤੇ ਸ਼ੇਰ ਮਾ ਨੇ ਪੰਜਾਬ ਤੋਂ ਹੀ ਜੰਮਿਆ ਸੀ ਨਾ ਰਾਏ ਅਹਿਮਦ ਖਾਨ ਖਰ ਗੋਰੇ ਦੀ ਅੱਖ ਦੇ ਵਿੱਚ ਅੱਖ ਪਾ ਕੇ ਵੀ ਤੇ ਦੇਖਿਆ ਸੀ ਉਸ ਤੋਂ ਇਲਾਵਾ ਗਦਰੀ ਬਾਬੇ ਜਿੰਨੇ ਨੇ ਮੈਸ ਸੈਂਟ ਫਰਾਂਸਿਸਕੋ ਦੇ ਵਿੱਚ ਦੇਖ ਕੇ ਆਇਆ ਇੰਨੀਆਂ ਸੋਹਣੀਆਂ ਫੋਟੋਆਂ ਸਾਡੀ ਹਿਸਟਰੀ ਸਾਰੀ ਪਈ ਕਿੱਥੇ ਹੈ ਸੈਨ ਫਰਾਂਸਿਸਕੋ ਦੇ ਸੈਂਟਰ ਹਾਰਟ ਮਿਊਜ਼ੀਅਮ ਦੇ ਅੰਦਰ ਇੰਨਾ ਲੰਬਾ ਲਿਖਿਆ ਹੋਇਆ ਉਹ ਉੱਥੇ ਮੈਂ ਜਦੋਂ ਗਿਆ ਤੇ ਮੈਂ ਉਰਦੂ ਸਾਰੀ ਪੜ੍ਹ ਸਕਦਾ ਸੀ ਗਦਰ ਦੇ ਜਿੰਨੇ ਰਸਾਲੇ ਛਪੇ ਲਾਹੌਰ ਤੋਂ ਲੇਕਿਨ ਪੇ ਕਿੱਥੇ ਹੈ ਯੂ ਐਸ ਏ ਦੇ ਵਿੱਚ ਵਾਹ ਰੇ ਵਾ ਪੰਜਾਬੀ ਕੌਮ ਕਿ ਤੇਰੀ ਸਾਰੀ ਦੀ ਸਾਰੀ ਤਵਾਰੀਖ ਤੇਰੀ ਸਾਰੀ ਦੀ ਸਾਰੀ ਹਿਸਟਰੀ ਤੇਰਾ ਸਾਰਾ ਦਾ ਸਾਰਾ ਕਲਚਰ ਕਿਸ ਤਰੀਕੇ ਨਾਲ ਡਿਵਾਈਡ ਐਂਡ ਰੂਲ ਕਰਕੇ ਖਤਮ ਕੀਤਾ ਔਰ ਤੂੰ ਦੇਖਦਾ ਹੀ ਰਹਿ ਗਿਆ ਵਾਹ ਬੇ ਭੋਲਿਆ ਪੰਛੀਆ ਵਾਹ ਰੇ ਵਾ ਕਹਿੰਦੇ ਨੇ ਕਿ ਕਾਣੀ ਵੰਡ ਪੰਜਾਬ ਦੀ ਕਿਉਂ ਕਿਹਾ ਜਾਂਦਾ ਉਹ ਐਸੀ ਲਈ ਕਿਹਾ ਜਾਂਦਾ ਕਿ ਪੰਜ ਵਾਰੀ ਵੰਡਣ ਤੋਂ ਬਾਅਦ ਵੀ ਪੰਜਾਬ ਐਡੀ ਵੱਡੀ ਧਰਤੀ ਆ ਕਿ ਜਿਹਨੂੰ ਸੋਨੇ ਦੀ ਚਿੜੀ ਗੋੜਾ ਕਹਿ ਗਿਆ ਔਰ ਉਹਨੇ ਜਾਂਦੇ ਜਾਂਦੇ ਇਹ ਵੀ ਕਿਹਾ ਸੀ ਕਿ ਮੈਂ ਸਭ ਤੋਂ ਲਾਸਟ ਦੇ ਉੱਤੇ ਪੰਜਾਬ ਦੇ ਉੱਤੇ ਪਤਾ ਕਿਉਂ ਕਬਜ਼ਾ ਕੀਤਾ ਮੈਂ ਕਿਸੇ ਕੋਲੋ ਨਹੀਂ ਸੀ ਡਰਦਾ 126 ਪੇਪਰ 126 ਪੇਪਰ ਜਲਿਆਂਵਾਲਾ ਬਾਗ ਦੇ ਇਨਸੀਡੈਂਟ ਤੋਂ ਬਾਅਦ ਲਾਹੌਰ ਦੇ ਵਿੱਚ 100 ਸਾਲਾ ਤਕਰੀਬਾਤ ਹੋਈਆਂ 2019 ਦੇ ਵਿੱਚ ਮੈਂ ਜਾ ਕੇ ਦਿਖਾਈਆਂ ਸੀ ਕਿ ਆਰਕਾਈਵ ਲਾਹੌਰ ਨੇ ਆਰਕਾਈਵ ਲਾਹੌਰ ਨੇ ਜਦੋਂ ਇੱਕ ਐਗਜ਼ੀਬਿਸ਼ਨ ਲਾਈ ਸੀ ਜਿਹਦੇ ਅੰਦਰ ਮੈਂ ਉਹਨਾਂ ਨੂੰ ਪੁੱਛਿਆ ਡਾਇਰੈਕਟਰ ਆਰਕਾਈਵ ਨੂੰ ਕਿ ਸਰ ਇਹਦਾ ਲੱਬੇ ਲਬਾਬ ਕੀ ਹੈ ਤਾਂ ਉਹਨੇ ਕਿਹਾ ਕਿ ਗੋਰੇ ਨੇ ਕਿਹਾ ਕਿ ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਸੀ ਪੰਜਾਬੀਆਂ ਤੋਂ ਸੋ ਪੂਰੇ ਹਿੰਦੁਸਤਾਨ ਤੋਂ ਕਬਜ਼ਾ ਕਰਨ ਤੋਂ ਬਾਅਦ 1848 ਤੋਂ 1849 ਦੇ ਵਿੱਚ ਆਕੇ ਪੰਜਾਬ ਤੇ ਕਬਜ਼ਾ ਕੀਤਾ ਔਰ ਗੋਰੇ ਨੇ 3350 ਸਾਲ ਹਕਮਰਾਨੀ ਕੀਤੀ ਲੇਕਿਨ ਪੰਜਾਬ ਦੇ ਉਤੇ ਜਦੋਂ ਕਬਜ਼ਾ ਕੀਤਾ ਤਾਂ ਪੂਰੇ 100 ਸਾਲ ਨਹੀਂ ਗੁਜ਼ਾਰ ਸਕਿਆ ਉਹ 90 ਤੋਂ 92 ਸਾਲਾਂ ਦੇ ਵਿੱਚ ਗੋਰਿਆਂ ਦੀ ਛੁੱਟੀ ਹੋ ਗਈ ਸੀ ਕਿਉਂਕਿ ਅਣਖੀ ਪੰਜਾਬ ਪੰਜਾਬੀਆਂ ਦੀ ਅਣਖ ਜਾਗਦੀ ਸੀ ਕਿੱਥੇ ਗਏ ਉਹ ਪੰਜਾਬੀ ਵੰਡ ਦਿੱਤੇ ਟੋਕ ਦਿੱਤੇ ਮਸਲਬ ਦੀ ਤਕੜੀ ਚ ਤੋਲ ਦਿੱਤੇ ਔਰ ਉਸ ਤੋਂ ਬਾਅਦ ਕੀਤੀ ਪੰਜਾਬ ਦੀ ਕਹਾਣੀ ਵੰਡ ਆਪ ਲੈ ਕੇ ਟ੍ਰੈਜਰੀ ਸਾਰੀ ਫਰਾਰ ਹੋ ਗਿਆ 6 ਕਰੋੜ 6 ਕਰੋੜ ਦਾ ਖਾਮ ਮਾਲ ਹਰ ਹਫਤੇ ਹਿੰਦੁਸਤਾਨ ਤੋਂ ਇੰਗਲੈਂਡ ਜਾਂਦਾ ਸੀ ਬਾਈਸ਼ਿਪ ਉਹ ਤਾਂ ਗਦਰ ਦੇ ਵਿੱਚ ਪੂਰੇ ਮਤੇ ਲਿਖੇ ਹੋਏ ਨੇ 16 ਮਤੇ ਉਹਨਾਂ ਨੇ ਲਿਖੇ ਹੋਏ ਨੇ ਉਹਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਔਰ ਸੈਂਟਰਲ ਹਿੰਦੁਸਤਾਨ ਦੇ ਵਿੱਚ ਜਿਹੜੀ ਹੈ ਹੰਗਰ ਹੈ ਔਰ ਗੋਰਾ ਜਿਹੜਾ ਆਪਣਾ 6 ਕਰੋੜ ਦਾ ਮਾਲ ਜਿਹੜਾ ਹਰ ਮਹੀਨੇ ਜਿਹੜਾ ਉਹ ਲੈ ਜਾਂਦਾ ਕਿੱਥੇ ਸਾਡੀ ਟ੍ਰੈਜਰੀ ਕਿੱਥੇ ਲੈ ਜਾਂਦਾ ਇੰਗਲੈਂਡ ਦੇ ਵਿੱਚ ਤੇ ਮੋਰ ਥੈਨ 1100 ਜੂਲਸ ਇਨਕਲੂਡ ਕੋਹਿੰੂਰ 1100 ਪੰਨੇ ਜਿਹੜੇ ਨੇ ਲਾਹੌਰ ਦਰਬਾਰ ਦੇ 80 ਮਿਲੀਅਨ ਨਾਨਕ ਸ਼ਾਹੀ ਚਾਂਦੀ ਦਾ ਰੁਪਈਆ ਇਹ ਕਦੋਂ ਲੈ ਕੇ ਜਾਂਦਾ 1849 ਦੇ ਵਿੱਚ ਵਾ ਸਾਨੂੰ ਅੱਜ ਕਰਜ਼ਿਆਂ ਦੇ ਥੱਲੇ ਸਾਨੂੰ ਅੱਜ ਗਰੀਬ ਆਈਐਮਐਫ ਦੇ ਥੱਲੇ ਲਾ ਕੇ ਸਾਡੀ ਸਾਰੀਆਂ ਟ੍ਰੇਨਾਂ ਲੈ ਕੇ ਸਾਡੀ ਐਜੂਕੇਸ਼ਨ ਦੇ ਕੈਦੇ ਸਾੜ ਕੇ ਤੇ ਸਾਨੂੰ ਅੱਜ ਕਹਿੰਦੇ ਨੇ ਕਿ ਇਹਨਾਂ ਲੋਕਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਲੋਕਾਂ ਨੂੰ ਕਲਚਰ ਦਾ ਨਹੀਂ ਪਤਾ ਵਾਹ ਕੀ ਬਾਤ ਹੈ 3.5 ਹਜ਼ਾਰ ਸਾਲ ਪੁਰਾਣੀ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਛੱਡ ਕੇ ਸਾਡੀਆਂ ਉਹ ਗੱਲਾਂ ਉਹ ਸਾਡੀਆਂ ਬਾਤਾਂ ਹੜੱਪਾ ਸਿਵਲਾਈਜੇਸ਼ਨ ਨੂੰ ਛੱਡ ਕੇ ਠੀਕ ਹੈ ਜੀ ਗੰਦਾਰਾ ਜਦੋਂ ਤੁਸੀਂ ਸਾਰੇ ਸੁੱਤੇ ਪਏ ਸੀ ਗੋਰੇ ਅਸੀਂ ਜਾਗਦੇ ਸੀ ਤੁਹਾਨੂੰ 600 ਸਾਲ ਤੋਂ ਲੋਹ ਲੱਗੀ ਹੈ ਅਸੀਂ 3.5 ਹਜ਼ਾਰ ਸਾਲ ਪਹਿਲੇ সুইমিਂਗ ਪੂਲ ਬਣਾਏ ਢੋਲੇ ਬਣਾਏ ਕਣਕ ਦੇ ਅਸੀਂ ਗਲੀਆਂ ਪੱਕੀਆਂ ਬਣਾਈਆਂ ਡਰੇਨੇਜ ਸਿਸਟਮ ਬਣਾਏ ਅਸੀਂ ਇੱਟ ਪੱਥਣੀ ਸਿੱਖੀ ਅਸੀਂ ਘਰ ਬਣਾਣੇ ਅਸੀਂ ਗਲੀਆਂ ਬਣਾਉਣੀਆਂ ਸਿੱਖੀਆਂ ਸਾਡੇ ਤੋਂ ਸਿੱਕੇ ਸਾਡੀ ਬਿੱਲੀ ਸਾਨੂੰ ਮਿਉਂ ਵਾਰੇ ਵਾਹ ਕੀ ਬਾਤ ਹੈ ਜੀ ਵਰਲਡ ਨੂੰ ਦਾਤ ਦੇਣੀ ਪੈਗੀ ਇਹਨਾਂ ਲੋਕਾਂ ਨੂੰ ਪਰ ਸਹੀ ਕੀ ਹੈ ਅਮ੍ਰਿਤਾ ਪ੍ਰੀਤਮ ਨੇ ਕਿਹਾ ਕਿ ਅਜ ਆਖਾਂ ਵਾਰਸ ਸ਼ਾਹ ਨੂੰ ਕਿਥੋਂ ਕਬਰਾਂ ਵਿੱਚੋਂ ਬੋਲ ਅੱਜ ਕਦਾਬੇ ਇਸ਼ਕ ਦਾ ਕੋਈ ਨਵਾਂ ਵਰਕਾ ਫੁੱਲ ਇੱਕ ਤੀਰ ਹੋਈ ਸੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਣ ਪੰਜਾਬ ਦੀਆਂ ਤਨਵਾਰਸ ਸ਼ਾਹ ਨੂੰ ਕਹਿਣ ਉਠ ਦਰਦਮੰਦਾਂ ਦੇ ਆ ਬਹੁਤ ਇਮੋਸ਼ਨਲ ਹੈ ਬਹੁਤ ਪੀੜਤਾ ਸਿਰਫ ਸਿਰਫ ਉਸ ਚੀਜ਼ ਨੂੰ ਲੈ ਕੇ ਕਿ ਜਿਹੜੀ ਲੈ ਕੇ ਟੂਰੇਸੀ ਪੰਜਾਬ ਔਰ ਪੰਜਾਬੀਆ ਦਾ ਸਫਰ ਉਹਨੂੰ ਕਹਿਣਾ ਬਹੁਤ ਆਸਾਨ ਹੈ ਲੇਕਿਨ ਕਰਨਾ ਬਹੁਤ ਔਖਾ ਹੈ ਲਬੜਾਖਾ ਫੇਰ ਹਾਜ਼ਰ ਹੋਵਾਂਗੇ ਅਸੀਂ ਪੰਜਾਬ ਦੀ ਕਿਸੇ ਹੋਰ ਵੰਡੀ ਹੋਈ ਕਹਾਣੀ ਵਿਛੋੜੇ ਦੇ ਨਾਲ ਜਿਸ ਤਰ੍ਹਾਂ ਕਿ ਭਾਈ ਅਰਵਿੰਦਰ ਮਨੋਹਤਰਾ ਜੀ ਦੇ ਅਸੀਂ ਪੁਰਖਾਂ ਦੀ ਗੱਲ ਕੀਤੀ ਚੱਕ ਬਤਾਲੀ Se Kavali. Rabra